ਸਤਿ ਸ਼੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਆਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਆਉਣ ਵਾਲੇ ਪੇਪਰ ਸੀਨੀਅਰ ਅਸਿਸਟੈਂਟ ਵਾਸਤੇ ਆਪਾਂ ਤਿਆਰੀ ਕਰ ਰਹੇ ਇਸ ਚੈਨਲ ਦੇ ਉੱਪਰ। ਵੈਸੇ ਤਾਂ ਅੱਜ ਤੋਂ ਪਹਿਲਾਂ ਆਪਾਂ ਪੰਜਾਬੀ ਵਿਆਕਰਨ ਲਗਭਗ ਕੰਪਲੀਟ ਕਰ ਚੁੱਕੇ ਹਾਂ, ਪਰ ਫਿਰ ਵੀ ਪੇਪਰਾਂ ਦੇ ਲੈਵਲ ਨੂੰ ਦੇਖਦੇ ਹੋਏ ਕੋਈ ਅਜਿਹੇ ਟੌਪਿਕ ਹੁੰਦੇ ਆ ਜਿਹੜੇ ਆਪਾਂ ਅਕਸਰ ਛੱਡ ਕੇ ਚਲੇ ਜਾਂਦੇ ਹਾਂ ਪੇਪਰਾਂ ਦੇ ਵਿੱਚ, ਪਰ ਉੱਥੋਂ 2 ਜਾਂ 4 ਪ੍ਰਸ਼ਨ ਪੱਕਾ ਬਣਦੇ ਹੀ ਬਣਦੇ ਆ। ਤਾਂ ਸ਼ੁਰੂ ਕਰਦੇ ਹਾਂ। ਅੱਜ ਦਾ ਟੌਪਿਕ ਬਹੁਤ ਮਿਸਲੇਨੀਅਸ ਹੈ, ਇਹ ਤੁਹਾਨੂੰ ਕਿਸੇ ਕਿਤਾਬਾਂ ਵਿੱਚੋਂ ਨਹੀਂ ਮਿਲੂਗਾ, ਜੇ ਮਿਲ ਵੀ ਜਾਊਗਾ ਤਾਂ ਤੁਹਾਡੇ ਪੱਲੇ ਨਹੀਂ ਪੈਣਾ। ਤਾਂ ਕਿਰਪਾ ਕਰਕੇ ਵੀਡੀਓ ਦੇ ਅੰਤ ਤੱਕ ਬਣੇ ਰਹਿਓ, ਤੁਹਾਡੇ ਵਾਸਤੇ ਹੀ ਕਹਿ ਰਹੇ ਹਾਂ। ਜੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਰ ਦਿਓ, ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਪੰਜਾਬੀ ਵਿਆਕਰਨ ਦੀ। ਤਾਂ ਇੱਕ ਕੁਐਸਚਨ ਹੁਣੇ ਜੇ ਪੇਪਰ ਹੋਇਆ, ਇੱਕ ਗਰੁੱਪ ਬੀ ਲੈਵਲ ਦਾ ਸਾਇੰਟਿਫਿਕ ਅਸਿਸਟੈਂਟ ਦਾ ਪੇਪਰ ਹੋਇਆ, ਉਹ ਚ ਪ੍ਰਸ਼ਨ ਆ ਗਿਆ ਸੀ ਜਿਹਦੇ ਬਾਰੇ ਮੈਨੂੰ WhatsApp ਦੇ ਉੱਪਰ ਬਹੁਤ ਸਾਰੇ ਮੈਸੇਜ ਮਿਲੇ ਵੀ ਸਰ ਪਾਸ਼ਵਿਕ ਵਿਅੰਜਨ ਕਿਹੜਾ ਹੁੰਦਾ ਹੈ। ਤੇ ਜਿਨ੍ਹਾਂ ਨੇ ਆਪਣੀ ਮੈਰਾਥਨ ਲਾਈ ਸੀ, ਦੇਖੋ ਮੈਰਾਥਨ ਸਾਰੀਆਂ ਫ੍ਰੀ ਆਫ ਕਾਸਟ ਹੁੰਦੀਆਂ, ਮੈਰਾਥਨ ਦੇ ਵਿੱਚੋਂ ਲਗਭਗ ਤੁਹਾਨੂੰ 60 ਤੋਂ 70% ਪੇਪਰ ਮਿਲ ਜਾਂਦਾ। ਤਾਂ ਮੈਰਾਥਨ ਹੁਣ ਆਉਣ ਵਾਲੇ ਪੇਪਰ ਵਾਸਤੇ ਵੀ ਬਹੁਤ ਜਲਦੀ ਮੈਂ ਅਪਲੋਡ ਕਰੂੰਗਾ। ਤਾਂ ਪਿੱਛੇ ਜੀ ਇੱਕ ਮੈਰਾਥਨ ਲਾਈ ਸੀ 2023 ਦੇ ਵਿੱਚ ਮੈਂ, ਠੀਕ ਹੈ ਜੀ, ਉਹਦੇ ਵਿੱਚ ਮੈਂ ਕਰਵਾਇਆ ਸੀਗਾ ਵੀ ਪਾਸ਼ਵਿਕ ਵਿਅੰਜਨ ਕਿਹੜਾ ਹੁੰਦਾ। ਤਾਂ ਜਿਨ੍ਹਾਂ ਨੇ ਉਹ ਬੜੇ ਧਿਆਨ ਦੇ ਨਾਲ ਕਲਾਸ ਲਾਈ ਹੋਊਗੀ ਉਹਨਾਂ ਨੇ ਆਨਸਰ ਕਰਤਾ ਹੋਊਗਾ। ਤੁਹਾਨੂੰ ਪ੍ਰੂਫ ਦੇ ਤੌਰ ਤੇ ਮੈਂ ਸਕਰੀਨਸ਼ਾਟ ਵੀ ਦਿਖਾਉਣਾ ਹੈ, ਤੁਹਾਨੂੰ ਮੈਂ ਆਹ ਕਰਵਾਇਆ ਸੀ ਸਾਰਾ, ਠੀਕ ਹੈ। ਇਹ ਗੁਰਮੁਖੀ ਲਿਪੀ ਦੇ ਬਾਰੇ ਦੱਸਿਆ ਸੀ ਵੀ ਕਿਹੜੇ ਸਵਰ ਹੁੰਦੇ ਆ, ਕਿੰਨੀਆਂ ਸਵਰ ਧੁਨੀਆਂ ਹੁੰਦੀਆਂ, ਨਾਸਕੀ ਧੁਨੀਆਂ ਕਿਹੜੀਆਂ ਹੁੰਦੀਆਂ, ਕੰਮਵਾਂ ਅੱਖਰ ਕਿਹੜਾ ਹੁੰਦਾ। ਤਾਂ ਆਹ ਦੇਖੋ ਉਸ ਟਾਈਮ ਦੇ ਮੈਂ ਕਰਵਾਇਆ ਸੀ, ਲੱਲਾ ਤੇ ਲੱਲੇ ਪੈਰ ਬਿੰਦੀ ਨੂੰ ਕਹਿ ਦਿੰਦੇ ਆ ਪਾਸੇਦਾਰ ਜਾਂ ਫਿਰ ਕਹਿ ਦਿੰਦੇ ਆ ਪਾਸ਼ਵਿਕ। ਤਾਂ ਇਹੀ ਆਨਸਰ ਆਉਣਾ ਸੀ ਇੱਥੇ, ਤਾਂ ਲੱਲਾ ਆਨਸਰ ਆਉਣਾ ਸੀ, ਤਾਂ ਬੀ ਇੱਥੇ ਰਾਈਟ ਆਨਸਰ ਬਣ ਜਾਣਾ ਸੀਗਾ। ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਲੀ ਕੱਲੀ ਚੀਜ਼ ਪੜਾਂਗੇ ਵੀ ਕਿਹੜੇ ਕਿਹੜੇ ਵਿਅੰਜਨ ਦੇ ਟਾਈਮ ਤੇ ਕਿਵੇਂ ਕਿਵੇਂ ਆਪਣਾ ਅੰਗ ਉਚਾਰਨ ਕਰਦਾ ਹੈ, ਤੇ ਕਿਹੜਾ ਕਿਹੜਾ ਉਹਨਾਂ ਨੂੰ ਨਾਮ ਬੋਲਿਆ ਜਾਂਦਾ ਹੈ। ਜਿਵੇਂ ਅਕਸਰ ਤੁਸੀਂ ਸੁਣਦੇ ਹੋਵੋਗੇ ਖੰਡੀ ਧੁਨੀਆਂ, ਅਖੰਡੀ ਧੁਨੀਆਂ, ਨਾਦੀ, ਅਨਾਦੀ, ਸੰਘੋਸ਼, ਅਘੋਸ਼, ਅਲਪ ਪ੍ਰਾਣ, ਮਹਾਂ ਪ੍ਰਾਣ, ਬੱਚੇ ਅਕਸਰ ਰੱਟਾ ਲਾ ਲੈਂਦੇ ਆ। ਰੱਟੇ ਦੇਖੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਰੱਟੇ ਤੁਹਾਡੇ ਕੰਮ ਨਹੀਂ ਆਉਣਗੇ, ਚੀਜ਼ਾਂ ਨੂੰ ਸਮਝਣਾ ਪਊਗਾ। ਜੇ ਸਮਝ ਕੇ ਚੱਲੋਗੇ ਤਾਂ ਡੈਫੀਨੇਟਲੀ ਤੁਹਾਡਾ ਪੇਪਰ ਕਲੀਅਰ ਹੋਊਗਾ। ਹੁਣ ਦੇਖੋ ਜਿਹੜੇ ਇਦਾਂ ਦੇ ਪ੍ਰਸ਼ਨ ਹੁੰਦੇ ਆ ਇਹ ਐਗਜ਼ਾਮ ਕਰੈਕ ਕਰਾਉਂਦੇ ਆ, ਕਿਉਂਕਿ ਜਿਹੜਾ ਸੌਖਾ ਪ੍ਰਸ਼ਨ ਹੈਗਾ ਉਹ ਤੁਹਾਡੇ ਵਾਸਤੇ ਵੀ ਸੌਖਾ ਹੈ ਤੇ ਦੂਜੇ ਕੈਂਡੀਡੇਟ ਵਾਸਤੇ ਵੀ ਸੌਖਾ ਹੈ। ਜੇ ਤੁਸੀਂ ਸੌਖਾ ਕੁਐਸਚਨ ਗਲਤ ਕਰਿਆ ਏ ਤਾਂ ਤੁਸੀਂ 200-300 ਰੈਂਕ ਥੱਲੇ ਡਿੱਗ ਪੈਂਦੇ ਆ, ਪਰ ਜੇ ਤੁਸੀਂ ਕੋਈ ਔਖਾ ਕੁਐਸਚਨ ਅਟੈਂਪਟ ਕਰਿਆ ਏ, ਸਹੀ ਕਰਿਆ ਏ, ਤਾਂ ਤੁਸੀਂ ਲਗਭਗ 200-300 ਤੋਂ ਉੱਪਰ ਰੈਂਕ ਅਪ ਹੋ ਜਾਓਗੇ ਬਾਕੀ ਬੱਚਿਆਂ ਤੋਂ। ਤਾਂ ਇਸ ਕਰਕੇ ਉਹ ਪ੍ਰਸ਼ਨ ਤੁਹਾਡੇ ਜ਼ਿਹਨ 'ਚ ਹੋਣੇ ਚਾਹੀਦੇ ਆ ਜਿਹੜੇ ਆਮ ਬੱਚੇ ਨਹੀਂ ਪੜ੍ਹ ਰਹੇ, ਠੀਕ ਹੈ ਜੀ, ਤਾਂ ਹੀ ਤੁਸੀਂ ਉੱਪਰ ਵਾਲੀ ਕਰੀਮ ਦੇ ਵਿੱਚ ਆਓਗੇ। ਤਾਂ ਸ਼ੁਰੂ ਕਰਦਾ ਮੈਂ, ਅੱਜ ਮੈਂ ਹਜੇ ਖੰਡੀ ਅਖੰਡੀ ਵਗੈਰਾ ਨਹੀਂ ਕਰਵਾਉਂਗਾ, ਅੱਜ ਮੈਂ ਕਰਵਾਉਂਗਾ ਤੁਹਾਨੂੰ ਵਿਅੰਜਨਾਂ ਦਾ ਵਰਗੀਕਰਨ ਕਰਾਉਂਗਾ। ਜਿਹੜਾ ਖੰਡੀ ਖੰਡੀ ਵਾਲਾ ਹੈਗਾ ਉਹ ਹੈਗਾ ਸਵਰ ਦਾ ਵਰਗੀਕਰਨ, ਉਹ ਮੈਂ ਇਸ ਤੋਂ ਬਾਅਦ ਵਾਲੀ ਵੀਡੀਓ 'ਚ ਕਰਵਾ ਦੂੰਗਾ। ਤਾਂ ਸ਼ੁਰੂ ਕਰਦੇ ਹਾਂ ਅੱਜ ਆਪਾਂ। ਆਹ ਤੁਹਾਨੂੰ ਚਾਰਟ ਦਿਖ ਰਿਹਾ ਹੋਊਗਾ ਸਾਰਿਆਂ ਨੂੰ ਸਕਰੀਨ ਤੇ, ਇਸ ਚਾਰਟ ਨੂੰ ਹੁਣ ਰੱਟੇ ਨਹੀਂ ਲਾਉਣੇਗੇ। ਜਿਹੜੇ ਤਾਂ ਰੱਟੇ ਲਾਉਣਗੇ ਡੈਫੀਨੇਟਲੀ ਗਲਤੀ ਕਰਨਗੇ ਤੇ ਨੈਗੇਟਿਵ ਮਾਰਕਿੰਗ ਹੈਗੀ ਹੈ, ਪਰ ਇਸ ਚਾਰਟ ਦੇ ਵਿੱਚੋਂ ਤੁਹਾਨੂੰ 3 ਤੋਂ 4 ਪ੍ਰਸ਼ਨ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ। ਕੋਈ ਪੇਪਰ ਚੱਕ ਕੇ ਦੇਖ ਲਿਓ, ਠੀਕ ਹੈ ਜੀ, ਪਰ ਇਹਨੂੰ ਮੈਂ ਰੱਟਾ ਨਹੀਂ ਲਵਾਉਂਗਾ। ਇਹਨੂੰ ਅਗਰ ਸਮਝ ਕੇ ਕਰੋਗੇ ਨਾ ਤੁਸੀਂ ਡੈਫੀਨੇਟਲੀ ਇਹ ਚਾਰਟ ਆਪਣੇ ਆਪ ਬਣਾ ਸਕਦੇ ਹੋ ਅੱਖਾਂ ਬੰਦ ਕਰਕੇ। ਤਾਂ ਸ਼ੁਰੂ ਕਰਦਾ ਮੈਂ। ਸਭ ਤੋਂ ਪਹਿਲਾਂ ਤਾਂ ਦੇਖੋ ਆਪਣੇ ਕੋਲੇ 2 ਤਰ੍ਹਾਂ ਦੀਆਂ ਧੁਨੀਆਂ ਹੁੰਦੀਆਂ, ਸਵਰ ਤੇ ਵਿਅੰਜਨ, ਜਿਹਨੂੰ ਆਪਾਂ ਵੋਵਲ ਤੇ ਕੰਸੋਨੈਂਟ ਬੋਲ ਦਿੰਦੇ ਆ।
ਅੱਜ ਮੈਂ ਜਿਹੜਾ ਤੁਹਾਨੂੰ ਟੌਪਿਕ ਲੈ ਕੇ ਕਰਵਾ ਰਿਹਾ ਜਿਹਦੇ ਵਿੱਚੋਂ ਅਕਸਰ ਪ੍ਰਸ਼ਨ ਬਣਦੇ ਆ ਉਹ ਹੈਗਾ ਜੀ ਕੰਸੋਨੈਂਟ ਦਾ ਵਰਗੀਕਰਨ, ਯਾਨੀ ਕਿ ਵਿਅੰਜਨਾਂ ਦਾ ਵਰਗੀਕਰਨ। ਜਿਹੜੀਆਂ ਵਿਅੰਜਨ ਧੁਨੀਆਂ ਹੁੰਦੀਆਂ ਨੇ ਉਹਨੂੰ ਆਪਾਂ ਕਿਵੇਂ ਵੰਡ ਸਕਦੇ ਹਾਂ, ਤਾਂ ਉਸ ਨੂੰ ਵੰਡਣ ਵਾਸਤੇ ਆਪਣੇ ਪੰਜਾਬੀ ਵਿਆਕਰਨ ਦੇ ਵਿੱਚ ਦੋ ਆਧਾਰ ਨੇ, ਦੋ ਚੀਜ਼ਾਂ ਨੂੰ ਆਧਾਰ ਬਣਾ ਕੇ ਉਹਨਾਂ ਦਾ ਵਰਗੀਕਰਨ ਕੀਤਾ ਗਿਆ। ਕਿਵੇਂ ਕੀਤਾ ਗਿਆ? ਸਭ ਤੋਂ ਪਹਿਲਾਂ ਜਿਹੜਾ ਆਧਾਰ ਬਣਾਇਆ ਗਿਆ ਉਹਨਾਂ ਦਾ ਉਚਾਰਨ ਸਥਾਨ, ਉਚਾਰਨ ਸਥਾਨ ਦੇ ਆਧਾਰ ਤੇ, ਤੇ ਦੂਜਾ ਉਹਨਾਂ ਨੂੰ ਉਚਾਰਨ ਢੰਗ ਦੇ ਸਥਾਨ ਤੇ ਕੀ ਆ ਜੀ ਉਹਨਾਂ ਨੂੰ ਵੰਡਿਆ ਗਿਆ। ਹੁਣ ਇੱਥੋਂ ਹੀ ਸਾਰੇ ਆਪਣੇ ਪ੍ਰਸ਼ਨ ਬਣਨੇ ਨੇ, ਉਚਾਰਨ ਸਥਾਨ ਤੋਂ ਵੀ ਆਪਾਂ ਦੇਖਾਂਗੇ, ਉਚਾਰਨ ਢੰਗ ਤੋਂ ਵੀ ਦੇਖਾਂਗੇ। ਤਾਂ ਪਹਿਲਾਂ ਤਾਂ ਦਿਮਾਗ 'ਚ ਇਹ ਗੱਲ ਫਿੱਟ ਕਰ ਲਓ, ਜਿਹੜੇ ਵਿਅੰਜਨ ਹੁੰਦੇ ਆ ਪੰਜਾਬੀ ਦੇ ਵਿੱਚ ਉਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਕਿਹੜੇ ਬੇਸ ਦੇ ਉੱਪਰ ਵੰਡਿਆ ਜਾਂਦਾ? ਉਚਾਰਨ ਸਥਾਨ ਤੇ ਉਚਾਰਨ ਢੰਗ। ਠੀਕ ਹੈ ਜੀ, ਦੋਵਾਂ ਦੇ ਵਿੱਚ ਫਰਕ ਹੈ। ਜਿਹੜੇ ਅੰਗਰੇਜ਼ੀ ਪੜ੍ਹਦੇ ਸ਼ਾਇਦ ਉਹਨਾਂ ਨੂੰ ਐਂ ਲੱਗਦਾ ਹੋਊਗਾ ਵੀ ਦੋਨੇ ਚੀਜ਼ਾਂ ਸੇਮ ਨੇ, ਸੇਮ ਨਹੀਂ ਹੈਗੀਆਂ, ਜਦੋਂ ਆਪਾਂ ਪੜ੍ਹਾਂਗੇ ਸਮਝ ਆ ਜਾਊਗੀ। ਸਭ ਤੋਂ ਪਹਿਲਾਂ ਆਪਾਂ ਉਚਾਰਨ ਸਥਾਨ ਦੀ ਗੱਲ ਕਰਦੇ ਹਾਂ। ਉਚਾਰਨ ਸਥਾਨ, ਹੁਣ ਪੰਜਾਬੀ ਦੇ ਵਿੱਚ ਜਿਹੜੀ ਧੁਨੀ ਹੁੰਦੀ ਹੈ, ਜਦੋਂ ਆਪਾਂ ਕੋਈ ਅੱਖਰ ਬੋਲਦੇ ਹਾਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿ ਦਿੰਦੇ ਆ ਧੁਨੀ, ਤਾਂ ਉਹਦਾ ਸਥਾਨ ਦੇਖਣਾ ਹੁੰਦਾ। ਹੁਣ ਉਹ ਸਥਾਨ ਦੇਖਣ ਵਾਸਤੇ ਕਿਵੇਂ ਦੇਖਾਂਗੇ? ਜੇ ਆਪਾਂ ਨੂੰ ਇੱਕ ਡਾਇਗਰਾਮ ਪਤਾ ਹੋਊਗੀ, ਉਹ ਡਾਇਗਰਾਮ ਹੈਗੀ ਹੈ ਜੀ ਆਹ ਵਾਲੀ। ਇਹ ਆਪਣਾ ਮਹਾਰਾਜ ਨੇ, ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਬਾਣੀ ਦੇ ਗੁਰਮੁਖੀ ਦੇ 35 ਅੱਖਰਾਂ ਦਾ ਵਰਗੀਕਰਨ ਕੀਤਾ ਨਾ, ਇੰਨਾ ਵਧੀਆ ਢੰਗ ਨਾਲ ਕੀਤਾ ਵੀ ਜਿਹੜਾ ਵਰਗ, ਜਿਵੇਂ ਜਿਵੇਂ ਮੰਨ ਲਓ ਕੱਕੇ ਵਰਗ ਦੀ ਗੱਲ ਕਰੀਏ, ਚੱਚੇ ਵਰਗ ਦੀ ਗੱਲ ਕਰੀਏ, ਜਿਹੜੇ ਵਰਗ ਦਾ ਪਹਿਲਾ ਅੱਖਰ ਜਿਸ ਢੰਗ ਨਾਲ ਉਚਾਰਿਆ ਜਾਂਦਾ ਬਾਕੀ ਸਾਰੇ ਅੱਖਰ ਵੀ ਉਸੇ ਢੰਗ ਨਾਲ ਉਚਾਰੇ ਜਾਣਗੇ। ਠੀਕ ਹੈ ਜੀ, ਤਾਂ ਇਹ ਆਪਣਾ ਕੀ ਹੈ, ਇਹ ਆਪਣਾ ਐਂ ਕਹਿ ਲਓ ਵੀ ਬੋਲ ਜੰਤਰ ਹੈ। ਇਹਦੇ ਵਿੱਚ ਦੇਖੋ, ਪਹਿਲਾਂ ਤਾਂ ਅਗਰ ਮੈਂ ਗੱਲ ਕਰੂੰਗਾ ਤਾਲੂ ਦੀ, ਤਾਲੂ ਜਿਹੜਾ ਬੈਕ ਸਾਈਡ ਤੇ ਹੁੰਦਾ ਉਹ ਨਰਮ ਹੁੰਦਾ ਤੇ ਜਿਹੜਾ ਅੱਗੇ ਹੁੰਦਾ ਉਹਨੂੰ ਸਖਤ ਤਾਲੂ ਕਹਿ ਦਿੰਦੇ ਆ। ਠੀਕ ਹੈ, ਨੱਕ ਪੋਲ ਯਾਨੀ ਕਿ ਨੱਕ ਦੇ ਰਾਹੀਂ ਜੇ ਕੋਈ ਆਵਾਜ਼ ਬਾਹਰ ਆਉਂਦੀ ਹੈ, ਜਿਹੜੀਆਂ ਨਾਸਕੀ ਧੁਨੀਆਂ ਹੁੰਦੀਆਂ ਇਹ ਆਪਣੇ ਦੰਦ ਹੈ। ਠੀਕ ਹੈ, ਜਿਹੜੇ ਦੰਦਾਂ ਦੇ ਰਾਹੀਂ ਬੋਲਾਂਗੇ ਉਹ ਦੰਤੀ ਧੁਨੀਆਂ ਹੁੰਦੀਆਂ, ਇਹ ਬੁੱਲ ਹੈ, ਇਹ ਵਸੂੜੇ ਆਪਣੇ, ਆ ਮੂੰਹ ਪੋਲ ਹੈ। ਮੂੰਹ ਪੋਲ ਦਾ ਮਤਲਬ ਆਪਾਂ ਜਦੋਂ ਬੋਲਦੇ ਹਾਂ ਆਪਣੇ ਬੁੱਲ ਮਿਟਦੇ ਆ ਜਾਂ ਖੁੱਲਦੇ ਆ, ਆ ਜੀਭ ਆਪਣੀ। ਠੀਕ ਹੈ ਜੀ, ਤੇ ਆ ਆਪਣਾ ਕਾਂ ਹੁੰਦਾ। ਠੀਕ ਹੈ, ਤਾਂ ਸਭ ਤੋਂ ਜਿਹੜੀ ਮੇਨ ਚੀਜ਼ ਦੇਖਣ ਵਾਲੀ ਉਹ ਹੈਗੀ ਹੈ ਸੁਰਤੰਦਾਂ। ਸੁਰਤੰਦਾਂ ਜਿਹੜੀਆਂ ਹੁੰਦੀਆਂ ਨਾ ਇਹ ਅਕਸਰ ਬੈਕ ਸਾਈਡ ਤੋਂ ਖੁੱਲੀਆਂ ਵੀ ਹੁੰਦੀਆਂ, ਇਸ ਤਰ੍ਹਾਂ ਕਈ ਵਾਰੀ ਇਹ ਬੰਦ ਹੋ ਜਾਂਦੀਆਂ, ਕਈ ਵਾਰੀ ਖੁੱਲ ਜਾਂਦੀਆਂ ਕਈ ਕੋਈ ਧੁਨੀ ਨੂੰ ਉਚਾਰਨ ਦੇ ਟਾਈਮ ਤੇ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਾਂਗੇ, ਚਿੰਤਾ ਨਹੀਂ ਕਰਨੀ। ਠੀਕ ਹੈ ਜੀ, ਰੱਟੇ ਨਹੀਂ ਮਾਰਨੇ। ਤਾਂ ਸ਼ੁਰੂ ਕਰਦਾ ਮੈਂ, ਦੇਖੋ ਪਹਿਲਾਂ ਉਚਾਰਨ ਸਥਾਨ ਦੀ ਗੱਲ ਕਰਦੇ ਹਾਂ। ਕਹਿੰਦਾ ਕੋਈ ਧੁਨੀ ਜਦੋਂ ਆਪਾਂ ਬੋਲਦੇ ਹਾਂ, ਕੋਈ ਅੱਖਰ ਆਪਾਂ ਪੰਜਾਬੀ ਦਾ ਜਿਹੜਾ ਬੋਲਦੇ ਹਾਂ ਉਹ ਆਪਣੇ ਮੂੰਹ ਦੇ ਕਿਸੇ ਨਾ ਕਿਸੇ ਅੰਗ ਦੀ ਸਹਾਇਤਾ ਦੇ ਨਾਲ ਹੀ ਬੋਲਿਆ ਜਾਊਗਾ, ਪਰ ਬੋਲਣ ਟਾਈਮ ਉਹ ਕਿਹੜੇ ਅੰਗ ਦੀ ਸ਼ੋਅ ਪ੍ਰਾਪਤ ਕਰਦਾ ਜਾਂ ਬੋਲਣ ਟਾਈਮ ਉਹ ਕਿਹੜੇ ਅੰਗ ਦੀ ਸ਼ੋਅ ਨਾਲ ਪੈਦਾ ਹੁੰਦਾ, ਤਾਂ ਉਸ ਦੇ ਆਧਾਰ ਤੇ ਆਪਾਂ ਕੀ ਕਰਾਂਗੇ, ਉਚਾਰਨ ਸਥਾਨ ਦੇ ਆਧਾਰ ਤੇ ਉਹਨਾਂ ਦਾ ਕੀ ਕਰਾਂਗੇ, ਵਰਗੀਕਰਨ ਕਰਾਂਗੇ। ਪਹਿਲੀ ਗੱਲ ਸਮਝ ਆ ਗਈ ਵੀ ਕੋਈ ਵੀ ਧੁਨੀ ਜਿਹੜੀ ਆਪਾਂ ਬੋਲਦੇ ਹਾਂ ਉਹ ਕੀ ਕਰਦੀ ਹੈ, ਕਿਤੇ ਨਾ ਕਿਸੇ ਅੰਗ ਦੇ ਨਾਲ ਖਹਿ ਕੇ ਆਊਗੀ ਜਾਂ ਕਿਸੇ ਨਾ ਕਿਸੇ ਅੰਗ ਦੀ ਸ਼ੋਅ ਦੇ ਨਾਲ ਪੈਦਾ ਹੋਊਗੀ। ਠੀਕ ਹੈ ਜੀ, ਤਾਂ ਉਹ ਹੁਣ ਅੰਗ ਕਿਹੜੇ ਆਪਣੇ, ਤੁਹਾਨੂੰ ਮੈਂ ਦੱਸਤਾ, ਜਿਵੇਂ ਬੁੱਲ ਹੋ ਗਏ, ਦੰਦ ਹੋ ਗਏ, ਕਾਂ ਹੋ ਗਿਆ, ਤਾਲੂ ਹੋ ਗਿਆ, ਸੁਰਤੰਦਾ ਹੋ ਗਈਆਂ, ਨਾਸਾਂ ਹੋ ਗਈਆਂ ਯਾਨੀ ਕਿ ਨੱਕ ਨੂੰ ਕਹਿ ਦਿੰਦੇ ਆ। ਤਾਂ ਆਪਣੇ ਕੋਲੇ ਜਿਹੜੇ ਇਹ ਅੰਗ ਹੈਗੇ ਆ ਇਹਨਾਂ ਅੰਗਾਂ ਦੇ ਸਥਾਨ ਦੇ ਆਧਾਰ ਤੇ ਆਪਾਂ ਕੀ ਕਰਾਂਗੇ, ਇਹਨਾਂ ਦਾ ਵਰਗੀਕਰਨ ਕਰਾਂਗੇ। ਪਹਿਲੀ ਗੱਲ ਕਲੀਅਰ ਹੋ ਗਈ। ਠੀਕ ਹੈ ਜੀ, ਹੁਣ ਆਪਾਂ ਇਹਦੇ ਵਿੱਚ ਦੇਖਦੇ ਆ ਵੀ ਆਪਾਂ ਇਹਨੂੰ ਵੰਡ ਕਿਵੇਂ ਸਕਦੇ ਆ। ਉਚਾਰਨ ਦੇ ਸਥਾਨ ਦੇ ਆਧਾਰ ਤੇ ਆਪਾਂ ਜਿਹੜੇ ਵਿਅੰਜਨ ਹੈਗੇ ਆ ਉਹਨੂੰ 6 ਭਾਗਾਂ 'ਚ ਵੰਡਦੇ ਆ। 6 ਭਾਗ ਕਿਹੜੇ ਕਿਹੜੇ ਹੈਗੇ ਆ ਤੁਹਾਡੇ? ਠੀਕ ਹੈ ਜੀ, ਪਹਿਲਾ ਹੈਗਾ ਕੰਠੀ ਵਿਅੰਜਨ, ਦੂਜਾ ਹੈਗਾ ਤਾਲਵੀ ਵਿਅੰਜਨ, ਉਲਟ ਜੀਵੀ ਵਿਅੰਜਨ, ਦੰਤੀ ਵਿਅੰਜਨ, ਹੋਠੀ ਜਿਹਨੂੰ ਦੋ ਹੋਠੀ ਵੀ ਕਹਿ ਦਿੰਦੇ ਆ, ਅਤੇ ਸੁਰਜੰਤਰੀ ਵਿਅੰਜਨ।
ਤਾਂ ਪਹਿਲਾਂ ਆਪਾਂ ਵਿਅੰਜਨਾਂ ਦਾ ਵਰਗੀਕਰਨ ਪੜ੍ਹਿਆ ਉਚਾਰਨ ਸਥਾਨ ਦੇ ਆਧਾਰ ਤੇ। ਉਚਾਰਨ ਸਥਾਨ ਦਾ ਮਤਲਬ ਹੈਗਾ ਵੀ ਕਿਹੜੇ ਕਿਹੜੇ ਅੰਕ ਤੋਂ ਕਿਹੜੀ ਕਿਹੜੀ ਆਵਾਜ਼ ਪੈਦਾ ਹੁੰਦੀ ਹੈ ਜਾਂ ਕਿਹੜਾ ਕਿਹੜਾ ਅੱਖਰ ਪੈਦਾ ਹੁੰਦਾ ਹੈ। ਤਾਂ ਉਹਨੂੰ ਆਪਾਂ 6 ਭਾਗਾਂ 'ਚ ਵੰਡ ਲਿਆ। 6 ਭਾਗ ਕਿਹੜੇ ਕਿਹੜੇ ਆ ਤੁਹਾਡੇ ਸਾਹਮਣੇ ਲਿਖੇ ਹੋਏ, ਆਪਾਂ ਇਕੱਲਾ ਇਕੱਲਾ ਭਾਗ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਕੰਠੀ। ਠੀਕ ਹੈ ਜੀ, ਕੰਠੀ। ਕੰਠੀ ਦਾ ਮਤਲਬ ਕੀ ਹੁੰਦਾ, ਕੰਠ ਕੀ ਹੁੰਦਾ, ਕੰਠ ਕੀ ਹੁੰਦਾ, ਕੰਠ ਬਿਲਕੁਲ ਜਿੱਥੇ ਆਪਣਾ ਗਲਾ ਸਟਾਰਟ ਹੋ ਰਿਹਾ। ਹੁਣ ਮੇਰੀ ਫੋਟੋ ਇੰਨੀ ਕਲੀਅਰ ਨਹੀਂ ਆਉਂਦੀ, ਜਿੱਥੇ ਆਪਣਾ ਗਲਾ ਸਟਾਰਟ ਹੋ ਰਿਹਾ ਨਾ, ਠੀਕ ਹੈ ਜੀ, ਉਹ ਕੰਠ ਹੁੰਦਾ ਆਪਣਾ। ਆਪਾਂ ਕਹਿੰਦੇ ਨਾ ਕੰਠ, ਉਹਦਾ ਕੰਠ ਬੜਾ ਸੁਰੀਲਾ ਹੈ। ਕੰਠ ਦਾ ਮਤਲਬ ਉਹਦਾ ਗਲਾ ਬੜਾ ਸੁਰੀਲਾ ਹੈ। ਤਾਂ ਕੰਠ ਬਿਲਕੁਲ ਸਟਾਰਟਿੰਗ ਪੁਆਇੰਟ ਹੈ ਗਲੇ ਦਾ ਆਪਣਾ, ਜਿੱਥੋਂ ਆਵਾਜ਼ ਪੈਦਾ ਹੋਣੀ ਹੈ। ਤਾਂ ਕਹਿੰਦਾ ਜੀ ਇਹਨਾਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨੂੰ ਸਪਰਸ਼ ਕਰਕੇ ਸਾਹ ਦੀ ਹਵਾ ਨੂੰ ਰੋਕ ਪਾਉਂਦਾ ਹੈ। ਬੇਸਿਕਲੀ ਜਦੋਂ ਇਹ ਧੁਨੀਆਂ ਆਪਾਂ ਬੋਲਦੇ ਹਾਂ, ਆਪਣੀ ਜਿਹੜੀ ਜੀਭ ਹੁੰਦੀ, ਜੀਭ ਦਾ ਪਿਛਲਾ ਪਾਸਾ ਜਿਹੜਾ ਹੁੰਦਾ ਨਾ, ਕੋਮਲ ਤਾਲੂ ਨੂੰ ਸਪਰਸ਼ ਕਰਦਾ ਹੈ। ਹੁਣ ਤੁਹਾਨੂੰ ਮੈਂ ਉਹ ਡਾਇਗ੍ਰਾਮ ਦਿਖਾਈ ਸੀ, ਕੋਮਲ ਤਾਲੂ ਕਿਹੜਾ, ਪਿੱਛੇ ਵਾਲਾ, ਅੱਗੇ ਵਾਲਾ ਕੀ ਹੈ, ਸਖਤ ਹੈ। ਤਾਂ ਉਹ ਕੋਮਲ ਤਾਲੂ ਨਾਲ ਲੱਗ ਕੇ ਕੀ ਕਰੂਗਾ, ਸਾਹ ਦੀ ਹਵਾ ਨੂੰ ਰੋਕ ਲੂਗਾ। ਹੁਣ ਆਪਾਂ ਇਹ ਧੁਨੀਆਂ ਦੇਖਦੇ ਹਾਂ ਵੀ ਧੁਨੀਆਂ ਕਿਹੜੀਆਂ ਕਿਹੜੀਆਂ, ਕੰਠੀ। ਜਦੋਂ ਆਪਾਂ ਕੰਠੀ ਧੁਨੀਆਂ ਬੋਲਾਂਗੇ, ਆਪਣੇ ਆਪ ਹੀ ਆਪਾਂ ਨੂੰ ਸਮਝ ਆ ਜਾਊਗੀ। ਹੁਣ ਬੋਲੋ ਮੇਰੇ ਨਾਲ ਬੋਲਣਾ ਤੁਸੀਂ, ਕੱਕਾ। ਤਾਂ ਆਪਦੀ ਜੀਭ ਦਾ ਦੇਖੋ, ਜੀਭ ਕਿੱਥੇ ਜਾ ਰਹੀ ਹੈ ਆਪਣੀ, ਠੀਕ ਹੈ, ਪਿੱਛੇ ਜਾ ਰਹੀ ਹੈ, ਪਿੱਛੇ ਜਿਹੜਾ ਸੌਫਟ ਤਾਲੂ ਆਪਣਾ ਉਹਦੇ ਵੱਲ ਜਾ ਰਹੀ ਹੈ। ਕੱਕਾ, ਇੱਕ ਵਾਰੀ ਰੋਕ ਕੇ ਕੀ ਆ ਜੀ, ਹਵਾ ਬਾਹਰ ਆ ਜਾਂਦੀ ਹੈ। ਖੱਖਾ, ਗੱਗਾ, ਅੰਗਿਆ, ਠੀਕ ਹੈ, ਕਈ ਇਹਨੂੰ ਅੰਗਾ ਬੋਲੀ ਜਾਂਦੇ ਅੱਜ ਕੱਲ੍ਹ ਦੇ ਜਵਾਕ, ਪਰ ਇਹ ਅੰਗਾ ਨਹੀਂ ਹੁੰਦਾ, ਇਹਦੀ ਆਵਾਜ਼ ਨੱਕ ਤੇ ਗਲੇ ਤੋਂ ਪੈਦਾ ਹੁੰਦੀ ਹੈ, ਅੰਗਾ, ਠੀਕ ਹੈ ਜੀ। ਤਾਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ, ਇਹ ਆਪਣੀਆਂ ਕੰਠੀ ਧੁਨੀਆਂ। ਕਲੀਅਰ ਹੋ ਗਿਆ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਦੇਖੋ ਮਹਾਰਾਜ ਨੇ, ਦੇਖੋ ਕੱਕੇ ਵਰਗ ਦੀਆਂ ਸਾਰੀਆਂ ਧੁਨੀਆਂ ਦਾ ਉਚਾਰਨ ਸੇਮ ਹੈ, ਕੱਕਾ, ਖੱਖਾ, ਗੱਗਾ, ਅੰਗਿਆ। ਤਾਂ ਇਹ ਸਾਰੇ ਜਿਹੜੇ ਹੈਗੇ ਨੇ ਇੱਕੋ ਹੀ ਸੁਰ ਦੇ ਵਿੱਚ ਪੈਦਾ ਹੁੰਦੇ ਆ। ਕੀ ਕਰਦੀ ਹੈ ਇਹਦੇ ਵਿੱਚ ਜੀਭ, ਸੌਫਟ ਕੋਮਲ ਤਾਲੂ ਨੂੰ ਸਪਰਸ਼ ਕਰਦੀ ਹੈ। ਅੱਗੇ ਆ ਗਈਆਂ ਤਾਲਵੀ ਧੁਨੀਆਂ, ਠੀਕ ਹੈ ਜੀ। ਤਾਲਵੀ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਇਹਨੂੰ ਉਚਾਰਨ ਕਰਾਂਗੇ, ਜਿਹੜੀ ਸਾਹ ਦੀ ਹਵਾ ਹੋਊਗੀ ਨਾ, ਉਹ ਦੰਦ ਤੋਂ ਲੈ ਕੇ ਕਿੱਥੇ ਜਾਊਗੀ, ਸਖਤ ਤਾਲੂ ਦੇ ਦਰਮਿਆਨ। ਦੰਦ ਤੇ ਸਖਤ ਤਾਲੂ ਦੇ ਦਰਮਿਆਨ ਜੀਭ ਦੇ ਬਲੇਡ ਰਾਹੀਂ ਰੋਕਿਆ ਜਾਂਦਾ। ਜੀਭ ਦਾ ਬਲੇਡ ਦਾ ਮਤਲਬ ਆ ਜੀਭ ਦਾ ਸਾਰਾ, ਜਿਹੜੀ ਜੀਭ ਹੈਗੀ ਉਹਨੂੰ ਜੀਭ ਦਾ ਬਲੇਡ ਬੋਲਦੇ ਆ। ਤਾਂ ਤੁਸੀਂ ਬੋਲ ਕੇ ਦੇਖੋ ਤਾਲਵੀ ਧੁਨੀਆਂ, ਤਾਲਵੀ ਧੁਨੀਆਂ ਜਿਵੇਂ ਚੱਚਾ। ਤਾਂ ਦੇਖੋ ਜਿਹੜੀ ਜੀਭ ਹੁੰਦੀ ਹੈ, ਜੀਭ ਕੀ ਕਰਦੀ ਹੈ, ਉਹ ਸਖਤ ਤਾਲੂ ਨਾਲ ਲੱਗ ਜਾਂਦੀ ਹੈ ਤੇ ਹਵਾ ਨੂੰ ਕੀ ਕਰ ਲੈਂਦੀ ਹੈ, ਰੋਕ ਲੈਂਦੀ ਹੈ। ਚੱਚਾ, ਛੱਛਾ, ਜੱਜਾ, ਯਈਆ ਅਤੇ ਸੱਸੇ ਪੈਰ ਬਿੰਦੀ, ਠੀਕ ਹੈ। ਸਹਿ, ਸ਼ਹਿ ਬੋਲਦੇ ਨਾ ਆਪਣੇ, ਸ਼ਹਿ, ਸ਼ਹਿ, ਠੀਕ ਹੈ। ਤਾਂ ਕਲੀਅਰ ਹੈ, ਆਪਾਂ ਕੀ ਪੜ੍ਹਿਆ, ਕੰਠੀ ਪੜ੍ਹ ਲਿਆ, ਤਾਲਵੀ ਪੜ੍ਹ ਲਿਆ, ਠੀਕ ਹੈ। ਇੱਕ ਦੋ ਵਾਰੀ ਦੇਖੋਗੇ ਕਲੀਅਰ ਹੋ ਜਾਊਗਾ। ਅੱਗੇ ਆ ਗਿਆ ਜੀ ਉਲਟ ਜੀਭੀ। ਹੁਣ ਐਗਜ਼ਾਮੀਨਰ ਕੀ ਕਰਦਾ, ਐਗਜ਼ਾਮੀਨਰ ਅਜਿਹਾ ਨਾਮ ਪਾ ਦਿੰਦਾ ਪੇਪਰ 'ਚ ਚੱਕ ਕੇ ਜਿਹੜਾ ਆਪਾਂ ਪੜ੍ਹਿਆ ਨਹੀਂ ਹੁੰਦਾ, ਕਿਉਂਕਿ ਮੈਕਸੀਮਮ ਬੁੱਕ ਦੇ ਵਿੱਚ ਤੁਹਾਨੂੰ ਉਲਟ ਜੀਭੀ ਮਿਲੂਗਾ, ਪਰ ਇਹਨੂੰ ਮੂਰਧਨੀ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਜਦੋਂ ਇਹਨੂੰ ਆਪਾਂ ਉਚਾਰਦੇ ਆ, ਜਿਹੜੀਆਂ ਧੁਨੀਆਂ ਆਪਾਂ ਉਚਾਰਾਂਗੇ, ਜਿਹੜੀ ਜਿਹੜੀ ਆਪਣੀ ਜੀਭ ਦੀ ਨੋਕ ਹੁੰਦੀ ਹੈ ਨਾ, ਉਹ ਪੁੱਠੇ ਪਾਸਿਓਂ ਪੁੱਠੀ ਹੋ ਕੇ ਨਾ ਸਖਤ ਤਾਲੂ ਨਾਲ ਜੁੜ ਜਾਂਦੀ ਹੈ। ਤਾਂ ਆਪਾਂ ਬੋਲ ਕੇ ਦੇਖਦੇ ਹਾਂ ਵੀ ਉਲਟ ਜੀਭੀ ਕਿਹੜੀ ਕਿਹੜੀ ਹੈ। ਟੈਂਕਾ, ਟੈਂਕਾ ਬੋਲ ਕੇ ਦੇਖੋ, ਜੀਭ ਜਿਹੜੀ ਹੈਗੀ ਨਾ, ਉਹ ਪੁੱਠੀ ਹੋ ਕੇ ਸਖਤ ਤਾਲੂ ਨਾਲ ਲੱਗ ਜੂਗੀ। ਟੈਂਕਾ, ਠੱਠਾ, ਡੱਡਾ, ਨਾਣਾ, ਡੈੜਾ, ਲੈ, ਲੱਲੇ ਪੈਰ ਬਿੰਦੀ ਨੂੰ ਕਹਿੰਦੇ ਲੈ, ਠੀਕ ਹੈ, ਲੈ, ਲੱਲੇ ਪੈਰ ਬਿੰਦੀ, ਚੱਲ ਲੱਲੇ ਪੈਰ ਬਿੰਦੀ ਬੋਲ ਕੇ ਦੇਖ ਲਓ। ਇਹ ਸਾਰੀਆਂ ਕੀ ਨੇ, ਤੁਹਾਡੀਆਂ ਉਲਟ ਜੀਭੀ ਜਾਂ ਫਿਰ ਮੂਰਤਨੀ ਕਹਿ ਦਿੰਦੇ ਆ। ਨੈਕਸਟ ਆਪਾਂ ਦੇਖਦੇ ਹਾਂ ਜੀ, ਅੱਗੇ ਆ ਗਿਆ ਆਪਣੇ ਕੋਲ ਦੰਤੀ। ਦੰਤੀ ਦਾ ਮਤਲਬ ਕੀ, ਦੰਦ ਨਾਲ। ਤਾਂ ਕਹਿੰਦਾ ਜਦੋਂ ਇਹ ਧੁਨੀਆਂ ਆਪਾਂ ਉਚਾਰਾਂਗੇ, ਜਿਹੜੀ ਜੀਭ ਦੀ ਨੋਕ ਹੈਗੀ ਨਾ, ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਰੁਕ ਜਾਂਦੀ ਹੈ,
ਉੱਪਰਲੇ ਜਿਹੜੇ ਦੰਦ ਹੈਗੇ ਆਪਣੇ ਉਹਦੇ ਪਿਛਲੇ ਪਾਸੇ ਲੱਗ ਜੂਗੀ। ਤਾਂ ਬੋਲ ਕੇ ਦੇਖੋ, ਤੱਤਾ ਥੱਥਾ ਦੱਦਾ ਨੰਨਾ ਰਾਰਾ ਲੱਲਾ ਸੱਸਾ ਜੱਜੇ ਪੈਰ ਬਿੰਦੀ। ਹੁਣ ਜੱਜੇ ਪੈਰ ਬਿੰਦੀ ਨੂੰ ਮੈਂ ਬ੍ਰੈਕਟ 'ਚ ਪਾਇਆ, ਇਹਦਾ ਇੱਕ ਕਾਰਨ ਹੈ, ਉਹ ਕਾਰਨ ਹਜੇ ਨਹੀਂ ਸਮਝ ਆਊਗਾ, ਉਹ ਬਿਲਕੁਲ ਮੈਂ ਐਂਡ ਤੇ ਜਦੋਂ ਵਿਸ਼ਲੇਸ਼ਣ ਕਰੂੰਗਾ ਉਦੋਂ ਸਮਝ ਆਊਗਾ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਕੀ ਹੈ, ਇਹ ਸਾਰੀਆਂ ਕੀ ਨੇ, ਦੰਤੀ ਧੁਨੀਆਂ, ਪਰ ਇਹਦੇ ਵਿੱਚੋਂ ਵੀ ਜਿਹੜੀਆਂ ਤੱਤਾ ਥੱਥਾ ਤੇ ਦੱਦਾ ਇਹ ਜਿਹੜੀਆਂ ਹੈਗੀਆਂ ਸ਼ੁੱਧ ਦੰਤੀ ਧੁਨੀਆਂ। ਤਾਂ ਇੱਥੋਂ ਪ੍ਰਸ਼ਨ ਬਣ ਸਕਦਾ ਵੀ ਸ਼ੁੱਧ ਦੰਤੀ ਧੁਨੀਆਂ ਕਿਹੜੀਆਂ, ਤੱਤਾ ਥੱਥਾ ਤੇ ਦੱਦਾ, ਇਹ ਸ਼ੁੱਧ ਨੇ, ਬਾਕੀ ਜਿਹੜੀਆਂ ਹੈਗੀਆਂ ਨੇ ਉਹ ਦੰਤ ਪਠਾਰੀ ਹੈ, ਠੀਕ ਹੈ ਜੀ। ਉਹਦੇ ਵਿੱਚ ਉਹ ਕੀ ਹੈ ਜੀ, ਦੰਦ ਤੇ ਜਿਹੜਾ ਆਪਣਾ ਤਾਲੂ ਹੈਗਾ ਦੋਨਾਂ ਦਾ ਮਿਕਸ ਹੈ, ਜਿਵੇਂ ਆਪਾਂ ਨੰਨਾ ਰਾਰਾ ਲੱਲਾ ਸੱਸਾ, ਪ੍ਰੋਪਰ ਦੰਦ ਮਤਲਬ ਕਿ ਨਾਲ ਟੱਚ ਨਹੀਂ ਹੋ ਰਹੇ, ਦੰਦਾਂ ਨਾਲ ਜੀਭ ਟੱਚ ਨਹੀਂ ਹੋ ਰਹੀ, ਪਰ ਤੱਤਾ ਥੱਥਾ ਦੱਦਾ ਬੋਲ ਕੇ ਦੇਖੋਗੇ ਪ੍ਰੋਪਰ ਉਹ ਸ਼ੁੱਧ ਦੰਤੀ ਧੁਨੀਆਂ। ਕਲੀਅਰ ਹੋ ਗਿਆ। ਚੌਥੀ ਵੰਡ ਹੋ ਗਈ ਆਪਣੀ। ਪੰਜਵੀਂ ਹੈਗੀ ਹੈ ਜੀ ਹੋਂਠੀ, ਜਿਹਨੂੰ ਆਪਾਂ ਦੋ ਹੋਂਠੀ ਵੀ ਕਹਿ ਦਿੰਦੇ ਹਾਂ, ਵੀ ਜਦੋਂ ਆਪਾਂ ਇਹਨਾਂ ਨੂੰ ਉਚਾਰਾਂਗੇ ਜਿਹੜੇ ਬੁੱਲ ਹੈਗੇ ਆ ਉਹ ਹਵਾ ਨੂੰ ਰੋਕ ਕੇ ਬਾਹਰ ਛੱਡਣਗੇ। ਹੁਣ ਇਹ ਕਿਹੜੇ ਕਿਹੜੇ ਹੋਣਗੇ, ਪੱਪਾ ਫੱਫਾ ਬੱਬਾ ਮੰਮਾ ਤੇ ਫੱਫੇ ਪੈਰ ਬਿੰਦੀ। ਹੁਣ ਫੱਫੇ ਪੈਰ ਬਿੰਦੀ ਨੂੰ ਵੀ ਮੈਂ ਬ੍ਰੈਕਟ 'ਚ ਰੱਖਿਆ, ਉਹਦਾ ਵੀ ਇੱਕ ਕਾਰਨ ਆ, ਉਹ ਵੀ ਐਂਡ ਤੇ ਦੱਸੂਗਾ। ਲਾਸਟ ਜਿਹੜਾ ਇਹਦੀ ਵੰਡ ਹੈਗੀ ਆ ਉਹ ਹੈਗੀ ਆ ਜੀ ਆਪਣੀ ਸੁਰ ਯੰਤਰੀ। ਹੁਣ ਸੁਰ ਯੰਤਰੀ ਬੱਚਿਆਂ ਨੂੰ ਨਹੀਂ ਪਤਾ ਹੋਊਗਾ, ਜਿਹਨੂੰ ਗਲੋਟਲ ਕਹਿ ਦਿੰਦੇ ਆ ਆਪਾਂ। ਬੇਸਿਕਲੀ ਐਂਡ ਤੇ ਮੈਂ ਤੁਹਾਨੂੰ ਸੁਰ ਧੁਨੀਆਂ ਕਢਾ ਕੇ ਜਾਊਂਗਾ, ਇਹ ਵੀ ਪ੍ਰਸ਼ਨ ਪੇਪਰ ਇਹਦੇ ਵਿੱਚ ਪੁੱਛਿਆ ਗਿਆ ਸੀ ਇੱਕ ਵਾਰੀ। ਤਾਂ ਆਪਣੇ ਕੋਲੇ ਪੰਜ ਸੁਰ ਧੁਨੀਆਂ ਹੁੰਦੀਆਂ, ਪਰ ਸੁਰ ਯੰਤਰੀ ਕੀ ਹੁੰਦੀ ਹੈ? ਸੁਰ ਯੰਤਰੀ ਦਾ ਮਤਲਬ ਹੁੰਦਾ ਵੀ ਜਿਹੜਾ ਆਪਣਾ ਕੰਠ ਹੁੰਦਾ ਹੈ, ਜਾਂ ਜਿਹੜੀਆਂ ਆਪਣੀਆਂ ਸੁਰ ਤੰਦਾਂ ਹੁੰਦੀਆਂ ਨੇ, ਜਾਂ ਗਲੇ ਦਾ ਜਿੱਥੇ ਕੰਠ ਹੈਗਾ ਜਿੱਥੋਂ ਗਲਾ ਸਟਾਰਟ ਹੋ ਰਿਹਾ ਹੈ, ਉੱਥੋਂ ਇਹਦਾ ਉਚਾਰਨ ਹੁੰਦਾ। ਪਰ ਜਦੋਂ ਆਪਾਂ ਇਹਨੂੰ ਉਚਾਰਦੇ ਹਾਂ ਤਾਂ ਜਿਹੜੀ ਹਵਾ ਹੁੰਦੀ ਹੈ ਉਹ ਰੁਕਦੀ ਵੀ ਨਹੀਂ ਹੈਗੀ, ਤੇ ਪਰ ਉਹਦਾ ਪ੍ਰਵਾਹ ਵੀ ਕਾਇਮ ਨਹੀਂ ਰਹਿੰਦਾ। ਪ੍ਰਵਾਹ ਦਾ ਮਤਲਬ ਕਿ ਉਹਦਾ ਜਿਹੜਾ ਫਲੋ ਹੈਗਾ ਉਹ ਵੀ ਕਾਇਮ ਨਹੀਂ ਰਹਿੰਦਾ ਹੈਗਾ, ਇੱਕ ਵਾਰੀ ਰੁਕ ਕੇ ਫੇਰ ਨਿਕਲਦੀ ਹੈ। ਤੁਸੀਂ ਬੋਲ ਕੇ ਦੇਖੋ, ਹਾ ਹਾ, ਤਾਂ ਆਪਣੇ ਜਿਹੜੇ ਗਲੇ ਵਾਲਾ ਗਲੇ ਵਾਲੀ ਥਾਂ ਹੈਗੀ ਹੈ ਥੋੜੀ ਜਿਹੀ ਕੀ ਹੋ ਜਾਂਦੀ ਹੈ, ਸੌੜੀ ਹੋ ਜਾਂਦੀ ਹੈ, ਜਾਨੀ ਕਿ ਘਟ ਜਾਂਦੀ ਹੈ। ਹਾ ਹਾ, ਤਾਂ ਇੱਕ ਵਾਰੀ ਗਲਾ ਦੇਖੋ, ਤੁਹਾਡਾ ਜਿਹੜਾ ਗਲੇ ਦਾ ਕੰਠ ਹੈਗਾ ਇੱਕ ਵਾਰੀ ਸੁੰਗੜ ਜਾਂਦਾ, ਠੀਕ ਹੈ ਜੀ। ਤਾਂ ਇਹਨੂੰ ਕੀ ਕਹਿ ਦਿੰਦੇ ਆਪਾਂ, ਸੁਰ ਯੰਤਰੀ ਧੁਨੀ ਕਹਿ ਦਿੰਦੇ ਆ। ਕਲੀਅਰ ਹੋ ਗਿਆ? ਆਪਾਂ ਕਿਹੜੀਆਂ ਕਿਹੜੀਆਂ ਪੜ੍ਹਨੀਆਂ, 6 ਦੀਆਂ 6, ਠੀਕ ਹੈ ਜੀ। ਇਹਨੂੰ ਇੱਕ ਵਾਰੀ ਰਿਵਾਈਜ਼ ਕਰ ਲਓ। ਉਚਾਰਨ ਸਥਾਨ ਦੇ ਢੰਗ ਤੇ ਆਪਾਂ ਕੰਠੀ ਪੜ੍ਹੀਆਂ, ਤਾਲਵੀ ਪੜ੍ਹਨੀਆਂ, ਉਲਟ ਜੀਭ ਵੀ ਪੜ੍ਹਨੀਆਂ ਜਿਹਨੂੰ ਮੂਰਤਨੀ ਕਹਿੰਦੇ ਆ, ਦੰਤੀ ਪੜ੍ਹਨੀਆਂ, ਹੋਂਠੀ ਪੜ੍ਹਨੀਆਂ ਜਿਹਨੂੰ ਦੋ ਹੋਂਠੀ ਵੀ ਕਹਿ ਦਿੰਦੇ ਆਪਾਂ, ਤੇ ਲਾਸਟ ਤੇ ਪੜ੍ਹਿਆ ਆਪਾਂ ਸੁਰ ਯੰਤਰੀ। ਇਹ ਸੀਗਾ ਜੀ ਵਿਅੰਜਨਾਂ ਦਾ ਵਰਗੀਕਰਨ ਉਚਾਰਨ ਸਥਾਨ ਦੇ ਆਧਾਰ ਤੇ, ਠੀਕ ਹੈ ਜੀ। ਕਲੀਅਰ ਹੋ ਗਿਆ? ਹੁਣ ਅਗਲੀ ਵੰਡ ਪੜ੍ਹਦੇ ਆ ਜਿਹੜੀ ਤੁਹਾਨੂੰ ਪੇਪਰ 'ਚ ਬਹੁਤ ਵਾਰੀ ਤੰਗ ਕਰਦੀ, ਕਿਉਂਕਿ ਆਹ ਚੀਜ਼ ਤਾਂ ਤੁਹਾਨੂੰ ਕਿਤਾਬਾਂ ਤੋਂ ਮਿਲ ਜੂਗੀ। ਅਗਲਾ ਹੈਗਾ ਜੀ ਉਚਾਰਨ ਢੰਗ। ਹੁਣ ਉਚਾਰਨ ਢੰਗ ਦਾ ਮਤਲਬ ਕੀ ਹੈ? ਕਹਿੰਦਾ ਉਚਾਰਨ ਢੰਗ ਦੁਆਰਾ ਕੀ ਵੇਖਿਆ ਜਾਂਦਾ ਕਿ ਧੁਨੀ ਉਚਾਰਨ ਵੇਲੇ ਸਾਹ ਦੀ ਹਵਾ ਬਾਹਰ ਕਿਵੇਂ ਨਿਕਲੀ ਹੈ, ਠੀਕ ਹੈ। ਪਹਿਲਾਂ ਤਾਂ ਆਪਾਂ ਅੰਗ ਦੇਖ ਰਹੇ ਹਾਂ ਵੀ ਕਿਹੜਾ ਕਿਹੜਾ ਅੰਗ ਕਿੱਥੋਂ ਕਿੱਥੇ ਟੱਚ ਕਰ ਰਿਹਾ, ਤੇ ਉਹਦੇ ਟੱਚ ਹੋਣ ਦੇ ਨਾਲ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ, ਉਸ ਆਧਾਰ ਤੇ ਆਪਾਂ ਚੀਜ਼ਾਂ 6 ਭਾਗਾਂ 'ਚ ਵੰਡ ਲਿਆ। ਪਰ ਹੁਣ ਆਪਾਂ ਢੰਗ ਦੇਖ ਰਹੇ ਹਾਂ ਵੀ ਜਿਹੜੀ ਹਵਾ ਹੈਗੀ ਆ ਉਹ ਕਿਵੇਂ ਬਾਹਰ ਆਉਂਦੀ ਹੈ। ਮੰਨ ਲਓ ਆਪਾਂ ਹੁਣ ਪੱਪਾ ਬੋਲਿਆ, ਪੱਪਾ ਬੋਲਣ ਤੋਂ ਬਾਅਦ ਬੁੱਲ ਬੰਦ ਹੋ ਗਏ ਸੀ, ਪਰ ਬਾਅਦ 'ਚ ਖੁੱਲ ਗਏ ਸੀ ਤੇ ਹਵਾ ਬਾਹਰ ਆ ਗਈ ਸੀ। ਤਾਂ ਉਸ ਆਧਾਰ ਤੇ ਆਪਾਂ ਦੇਖਣਾ ਹੁਣ ਹਵਾ ਦੇ ਆਧਾਰ ਤੇ ਆਪਾਂ ਦੇਖ ਰਹੇ ਹਾਂ ਵੀ ਹਵਾ ਕਿਵੇਂ ਬਾਹਰ ਨਿਕਲਦੀ ਹੈ ਜਦੋਂ ਆਪਾਂ ਇਹ ਵਿਅੰਜਨਾਂ ਨੂੰ ਬੋਲਦੇ ਹਾਂ। ਤਾਂ ਇਹਦਾ ਹੁਣ ਵਰਗੀਕਰਨ ਆਪਾਂ ਕਿਵੇਂ ਕਰਾਂਗੇ ਇਹ ਮੈਂ ਦੱਸਦਾ। ਤਾਂ ਇਹ ਆਪਣੇ ਕੋਲੇ ਕੀ ਹੁੰਦੇ ਆ ਜੀ, ਪਹਿਲੇ ਹੁੰਦੇ ਆ ਡੱਕਵੇ ਵਿਅੰਜਨ। ਆਪਾਂ ਕਹਿੰਦੇ ਨਾ ਫਲਾਣੇ ਨੇ ਮੇਰਾ ਰਾਹ ਡੱਕ ਲਿਆ, ਡੱਕਣ ਦਾ ਮਤਲਬ ਕੀ ਹੁੰਦਾ, ਰੋਕਣਾ, ਸਟਾਪਸ, ਠੀਕ ਹੈ ਜੀ। ਤਾਂ ਡੱਕਵੇ ਡੱਕਵੇਂ ਦਾ ਮਤਲਬ ਕੀ ਹੋਊਗਾ ਵੀ ਕੋਈ ਨਾ ਕੋਈ ਚੀਜ਼ ਰਾਸਤੇ 'ਚ ਰੁਕਾਵਟ ਪਾਊਗੀ, ਰੁਕਾਵਟ ਪਾਉਣ ਤੋਂ ਬਾਅਦ ਉਹ ਹਵਾ ਬਾਹਰ ਆਊਗੀ, ਠੀਕ ਹੈ ਜੀ।
ਤਾਂ ਢੱਕਵੇਂ ਵਿਅੰਜਨ ਪਹਿਲਾ ਹੋ ਗਿਆ, ਦੂਜਾ ਹੋ ਗਿਆ ਆਪਣੇ ਕੋਲੇ ਅਢੱਕਵੇਂ ਵਿਅੰਜਨ। ਅਢੱਕਵੇਂ ਦਾ ਮਤਲਬ ਕਿ ਨੋਨ ਸਟਾਪ ਬਾਹਰ ਆਉਣਗੇ, ਕੋਈ ਉਹਨਾਂ ਦੀ ਰੋਕ ਨਹੀਂ ਹੋਊਗੀ, ਜਿਹਨੂੰ ਆਪਾਂ ਪਰਵਾਹੀ ਵੀ ਕਹਿ ਸਕਦੇ ਹਾਂ। ਪਰਵਾਹੀ ਦਾ ਮਤਲਬ ਹੁੰਦਾ ਬਿਨਾਂ ਰੋਕ ਟੋਕ ਤੋਂ ਕੋਈ ਚੀਜ਼ ਬਾਹਰ ਆ ਰਹੀ ਹੈ। ਤਾਂ ਉਚਾਰਨ ਢੰਗ ਦੇ ਆਧਾਰ ਤੇ ਆਪਾਂ ਦੋ ਭਾਗਾਂ 'ਚ ਵੰਡ ਰਹੇ ਹਾਂ, ਢੱਕਵੇਂ ਤੇ ਅਢੱਕਵੇਂ। ਕਲੀਅਰ ਹੋ ਗਿਆ? ਠੀਕ ਹੈ, ਹੁਣ ਢੱਕਵੇਂ ਤੇ ਅਢੱਕਵੇਂ ਦੇ ਵਿੱਚ ਅੱਗੇ ਜਾ ਕੇ ਆਪਾਂ ਫਿਰ ਪੜਾਂਗੇ ਨਾਦੀ ਅਨਾਦੀ ਅਲਪ ਪ੍ਰਾਣ ਮਹਾਂਪ੍ਰਾਣ। ਇਹ ਇੱਕ ਸਿਸਟਮੈਟਿਕ ਆਪਾਂ ਨੂੰ ਪੜ੍ਹਨਾ ਪਊਗਾ ਤਾਂ ਆਪਾਂ ਨੂੰ ਉਚਾਰ ਯਾਦ ਹੋਊਗਾ। ਤਾਂ ਉਚਾਰਨ ਢੰਗ ਦੇ ਆਧਾਰ ਤੇ ਆਪਾਂ ਵੇਖ ਲੈਂਦੇ ਹਾਂ ਢੱਕਵੇਂ ਵਿਅੰਜਨ ਕਿਹੜੇ ਹੁੰਦੇ ਆ ਤੇ ਅਢੱਕਵੇਂ ਕਿਹੜੇ ਹੁੰਦੇ ਆ। ਤਾਂ ਬਹੁਤ ਸੌਖਾ ਹੈ, ਢੱਕਵੇਂ ਵਿਅੰਜਨ ਕਿਹੜੇ ਹੋਣਗੇ? ਢੱਕਵੇਂ ਵਿਅੰਜਨ ਕਿਹੜੇ ਹੋਣਗੇ ਜਿਨ੍ਹਾਂ ਨੂੰ ਉਚਾਰਨ ਵੇਲੇ ਜਿਹੜੀ ਸਾਲ ਦੀ ਹਵਾ ਹੈਗੀ ਹੈ ਉਹ ਆਪਣੇ ਕਿਸੇ ਨਾ ਕਿਸੇ ਅੰਗ ਦੇ ਸਥਾਨ ਤੇ ਕੀ ਆਊਗੀ? ਰੁਕ ਕੇ ਬਾਹਰ ਆਊਗੀ, ਇੱਕੋਦਮ ਬਾਹਰ ਨਹੀਂ ਆਊਗੀ, ਕੋਈ ਨਾ ਕੋਈ ਰੁਕਾਵਟ ਪੈਦਾ ਹੋਊਗੀ। ਠੀਕ ਹੈ, ਜਦੋਂ ਆਪਾਂ ਕੋਈ ਵੀ ਧੁਨੀ ਬੋਲਾਂਗੇ ਆਪਣਾ ਕੋਈ ਨਾ ਕੋਈ ਉਚਾਰਨ ਅੰਗ, ਚਾਹੇ ਉਹ ਦੰਦ ਹੋਵੇ, ਚਾਹੇ ਸਖਤ ਤਾਲੂ, ਚਾਹੇ ਕੋਮਲ ਤਾਲੂ, ਚਾਹੇ ਕੰਠ ਹੋਵੇ, ਚਾਹੇ ਨਾਸਾਂ ਹੋਣ, ਠੀਕ ਹੈ, ਚਾਹੇ ਆਪਣਾ ਕਾਂ ਹੋਵੇ, ਮਤਲਬ ਕੋਈ ਨਾ ਕੋਈ ਚੀਜ਼ ਰੁਕਾਵਟ ਪਾਊਗੀ। ਰੁਕਾਵਟ ਪਾਉਣ ਤੋਂ ਬਾਅਦ ਰੁਕ ਕੇ ਫੇਰ ਹਵਾ ਛੱਡੀ ਜਾਊਗੀ, ਜਾਂ ਆਪਾਂ ਕਹਿ ਸਕਦੇ ਹਾਂ ਹਵਾ ਨੂੰ ਪੂਰਨ ਰੂਪ ਦੇ ਵਿੱਚ ਰੋਕ ਕੇ ਇੱਕਦਮ ਬਾਹਰ ਛੱਡਿਆ ਜਾਂਦਾ ਫਰਾਟੇ ਵਾਂਗੂ। ਠੀਕ ਹੈ ਜੀ, ਇਹਨੂੰ ਆਪਾਂ ਕਹਿ ਦਿੰਦੇ ਹਾਂ ਢੱਕਵੇਂ। ਠੀਕ ਹੈ, ਹੁਣ ਢੱਕਵੇਂ ਮੰਨ ਲਓ ਕੋਈ ਬੰਦੇ ਨੂੰ ਜੇਲ੍ਹ 'ਚ ਡੱਕ ਦਈਏ ਆਪਾਂ, ਬਾਅਦ 'ਚ ਕੀ ਉਹ ਤੈਨੂੰ ਛੱਡ ਦਿੰਦੇ ਹਾਂ, ਉਹ ਤਾਂ ਤੂੰ ਤਿੱਤਰ ਹੋ ਜਾਊਗਾ, ਗੋਲੀ ਬਣ ਜਾਊਗਾ। ਬਸ ਐਂ ਯਾਦ ਰੱਖ ਲਿਓ ਵੀ ਡੱਕ ਕੇ ਇੱਕਦਮ ਬਾਹਰ ਛੱਡ ਦੇਣਾ ਕਿਸੇ ਚੀਜ਼ ਨੂੰ, ਉਹਨੂੰ ਕਹਿ ਦਿੰਦੇ ਆ ਢੱਕਵੇਂ ਵਿਅੰਜਨ। ਠੀਕ ਹੈ ਜੀ, ਹੁਣ ਢੱਕਵੇਂ ਵਿਅੰਜਨ ਦੇ ਵਿੱਚ ਆਪਾਂ ਦੇਖਦੇ ਹਾਂ ਢੱਕਵੇਂ ਵਿਅੰਜਨਾਂ ਦੀ ਗਿਣਤੀ ਪੰਜਾਬੀ ਦੇ ਵਿੱਚ ਕਿੰਨੀ ਆ ਜੀ? 15 ਹੈ। ਠੀਕ ਹੈ, ਯਾਰ ਰੱਟਾ ਨਹੀਂ ਮਾਰਨਾ, ਸਮਝਣਾ, ਸਮਝ ਕੇ ਕਰਾਂਗੇ ਤਾਂ ਯਾਦ ਹੋ ਜਾਣਗੇ। 15 ਢੱਕਵੇਂ ਵਿਅੰਜਨ ਨੇ, ਹੁਣ ਬੋਲ ਕੇ ਦੇਖੋ। ਕੱਕਾ, ਕੱਕਾ ਬੋਲੋ, ਇੱਕਦਮ ਰੁਕ ਜਾਂਦੀ ਹਵਾ, ਫਿਰ ਇੱਕਦਮ ਫਰਾਟੇ ਵਾਂਗੂ ਬਾਹਰ ਆਉਂਦੀ ਆ। ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਕਾ, ਠੱਠਾ, ਡੱਡਾ, ਤਾਂ ਤਿੰਨ ਤਿੰਨ ਅੱਖਰ ਆ ਰਹੇ ਆ ਆਪਣੇ ਕੱਕੇ ਵਰਗ ਤੋਂ ਸ਼ੁਰੂ ਕਰਦੇ ਆ ਆਪਾਂ। ਮੁੱਖ ਵਰਗ ਤੇ ਨਵੀਨ ਵਰਗ ਛੱਡ ਦੋ, ਕੱਕੇ ਵਰਗ ਦੇ ਕਿੰਨੇ ਅੱਖਰ ਆ ਗਏ? 3। ਰੱਟੇ ਮਾਣੀ ਜ਼ਰੂਰਤ ਹੀ ਨਹੀਂ। ਕੱਕਾ, ਖੱਖਾ ਤੇ ਗੱਗਾ, ਚੱਚਾ, ਛੱਛਾ ਤੇ ਜੱਜਾ, ਟੈਂਕਾ, ਠੱਠਾ ਤੇ ਡੱਡਾ, ਤੱਤਾ, ਥੱਥਾ ਤੇ ਦੱਦਾ, ਪੱਪਾ, ਫੱਫਾ ਤੇ ਬੱਬਾ, ਤਾਂ ਤਿੰਨ ਤਿੰਨ। ਠੀਕ ਹੈ ਜੀ, ਇੱਕ ਸੈੱਟ ਬਣਾ ਕੇ ਕਿੰਨੇ ਬਣ ਗਏ ਆਪਣੇ ਕੋਲੇ? 15 ਢੱਕਵੇਂ ਵਿਅੰਜਨ ਬਣ ਗਏ। ਕਲੀਅਰ ਹੋ ਗਿਆ? ਤਾਂ ਢੱਕਵੇਂ ਵਿਅੰਜਨ ਕਿੰਨੇ ਆਪਣੇ ਕੋਲੇ? 15 ਨੇ। ਤਾਂ ਆਹ ਸਾਰਾ ਜਿਹੜਾ ਹੈਗਾ ਇਹ ਢੱਕਵੇਂ ਵਿਅੰਜਨ ਨੇ। ਪਹਿਲਾਂ ਆਪਾਂ ਢੱਕਵੇਂ ਵਿਅੰਜਨ ਦੇਖਦੇ ਹਾਂ। ਆਹ ਢੱਕਵੇਂ ਵਿਅੰਜਨ ਨੇ, ਹਜੇ ਤੁਸੀਂ ਅਲਪ ਪ੍ਰਾਣ ਮਹਾਂਪ੍ਰਾਣ ਦੇ ਵਿੱਚ ਨਹੀਂ ਪੈਣਾ ਗਾ, ਪਹਿਲਾਂ ਆਪਾਂ ਢੱਕਵੇਂ ਵਿਅੰਜਨ ਦੇਖਦੇ ਹਾਂ। ਤਾਂ ਢੱਕਵੇਂ ਵਿਅੰਜਨ ਪਤਾ ਲੱਗ ਗਏ ਆਪਾਂ ਨੂੰ, ਦੇਖੋ। ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਂਕਾ, ਠੱਠਾ, ਡੱਡਾ, ਤੱਤਾ, ਥੱਥਾ, ਦੱਦਾ, ਪੱਪਾ, ਫੱਫਾ, ਬੱਬਾ। ਕਲੀਅਰ ਹੋ ਗਿਆ? ਅਚਾਰ ਇਸ ਤਰ੍ਹਾਂ ਸਮਝ ਆਊਗਾ ਤੁਹਾਡੇ। ਠੀਕ ਹੈ ਜੀ, ਹੁਣ ਆਪਾਂ ਐਂ ਕਰਦੇ ਹਾਂ, ਜਿਹੜੀ ਚੀਜ਼ ਤੋਂ ਮੈਂ ਪਿੱਛੇ ਪੜ੍ਹਾਈ ਹੈ, ਦੇਖੋ ਆਹ ਕੰਠੀ ਧੁਨੀਆਂ ਹੋ ਗਈਆਂ, ਕੱਕਾ, ਖੱਖਾ, ਗੱਗਾ। ਠੀਕ ਹੈ ਜੀ, ਨਾਲ ਆਹ ਮੈਂ ਬ੍ਰੈਕਟ 'ਚ ਪਾਇਆ ਸੀਗਾ, ਕਿਉਂ ਪਾਇਆ ਸੀਗਾ ਮੈਂ ਪਿੱਛੇ ਆ ਕੇ ਆਂਸਰ ਦੱਸੂੰਗਾ। ਆਹ ਤਾਲਵੀ ਹੋ ਗਈਆਂ ਤੁਹਾਡੀਆਂ, ਚੱਚਾ, ਛੱਛਾ, ਜੱਜਾ ਵਾਲੀਆਂ। ਆਹ ਮੂਰਧਨੀ ਹੋ ਗਈਆਂ, ਠੀਕ ਹੈ, ਉਲਟ ਜੀਭੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ ਜੀ, ਆਹ ਤੁਹਾਡੀਆਂ ਦੰਤੀ ਹੋ ਗਈਆਂ। ਠੀਕ ਹੈ ਜੀ, ਆਹ ਤੁਹਾਡੀਆਂ ਹੋਠੀ ਹੋ ਗਈਆਂ। ਆਹ ਸੁਰਯੰਤਰੀ ਪਈ ਹੈ ਤੁਹਾਡੀ। ਇਹ ਸਾਰਾ ਚੀਜ਼ ਆਪਾਂ ਦੇਖੋ ਪੜ੍ਹਦੀ, ਇਸ ਤਰ੍ਹਾਂ ਆਪਾਂ ਨੂੰ ਚਾਰਟ ਯਾਦ ਹੋ ਜਾਊਗਾ। ਇਹ ਬਹੁਤ ਹੈਲਪਫੁਲ ਹੈ ਚਾਰਟ ਤੁਹਾਡੇ ਵਾਸਤੇ। ਤਾਂ ਆਪਾਂ ਹੁਣ ਕੀ ਦੇਖਿਆ? ਉਚਾਰਨ, ਠੀਕ ਹੈ ਜੀ, ਤਾਂ ਆਪਾਂ ਹਵਾ ਦੇ ਆਧਾਰ ਤੇ, ਯਾਨੀ ਕਿ ਉਚਾਰਨ ਢੰਗ ਦੇ ਆਧਾਰ ਤੇ ਆਪਾਂ ਦੇਖ ਰਹੇ ਹਾਂ ਢੱਕਵੇਂ ਤੇ ਅਢੱਕਵੇਂ ਵਿਅੰਜਨ। ਢੱਕਵੇਂ ਕਿਹੜੇ? ਜਿਹੜੇ ਇੱਕਦਮ ਹਵਾ ਰੁਕ ਕੇ ਬਾਹਰ ਆਊਗੀ ਫਰਾਟੇ ਵਾਂਗੂ, ਉਹਨੂੰ ਆਪਾਂ ਢੱਕਵੇਂ ਵਿਅੰਜਨ ਕਹਿੰਦੇ ਹਾਂ। ਕਿੰਨੇ ਢੱਕਵੇਂ ਵਿਅੰਜਨ ਨੇ? 15 ਨੇ। ਕਿਹੜੇ ਕਿਹੜੇ? ਪਹਿਲੇ ਪਹਿਲੇ ਤਿੰਨ ਤਿੰਨ ਚੱਕ ਲਓ। ਕੱਖਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਕਾ, ਠੱਠਾ, ਡੱਡਾ, ਤੱਤਾ, ਥੱਥਾ, ਦੱਦਾ, ਪੱਪਾ, ਫੱਫਾ ਤੇ ਬੱਬਾ। ਠੀਕ ਹੈ ਜੀ, ਕਲੀਅਰ ਹੋ ਗਿਆ? ਅੱਗੇ ਚੱਲਦੇ ਹਾਂ। ਹੁਣ ਪਹਿਲਾਂ ਤਾਂ ਆਪਾਂ ਪੜ੍ਹਿਆ ਜੀ ਢੱਕਵੇਂ ਵਿਅੰਜਨ। ਹੁਣ ਜਿਹੜੇ ਢੱਕਵੇਂ ਵਿਅੰਜਨ ਹੁੰਦੇ ਆ ਇਹ ਫਰਦਰ ਅੱਗੇ ਦੋ ਕੈਟਾਗਰੀ 'ਚ ਵੰਡੇ ਜਾਂਦੇ ਆ। ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ? ਇੱਕ ਤਾਂ ਨਾਦ ਦੇ ਆਧਾਰ ਤੇ, ਨਾਦ ਦਾ ਮਤਲਬ ਹੁੰਦਾ ਆਵਾਜ਼। ਠੀਕ ਹੈ ਜੀ, ਨਾਦੀ ਹੁੰਦੀ ਆ, ਵੈਸੇ ਨਾਦੀ ਆਪਾਂ ਕਹਿ ਦਿੰਦੇ ਨਾ, ਵੈਸੇ ਤਾਂ ਆਪਾਂ ਨਾਭੀ ਕਹਿ ਦਿੰਦੇ ਹਾਂ
ਧੁਨੀ ਨੂੰ ਪ੍ਰਨਾਦੀ ਕਹਿੰਦੇ ਆਪਾਂ, ਠੀਕ ਹੈ। ਜਿਹੜੀ ਆਵਾਜ਼ ਦੀ ਕੰਪਨ ਪੈਦਾ ਹੁੰਦੀ ਆ ਉਹ ਆਪਣੀ ਧੁਨੀ ਤੋਂ ਸ਼ੁਰੂ ਹੁੰਦੀ ਹੈ। ਤਾਂ ਨਾਦ ਦਾ ਮਤਲਬ ਹੋ ਗਿਆ ਆਵਾਜ਼, ਅਤੇ ਅੱਗੇ ਆ ਗਿਆ ਪ੍ਰਾਣ। ਪ੍ਰਾਣ ਦਾ ਮਤਲਬ ਕੀ ਹੁੰਦਾ? ਆਪਾਂ ਕਹਿੰਦੇ ਫਲਾਣੇ ਦੇ ਪ੍ਰਾਣ ਚਲੇ ਗਏ, ਸਾਹ, ਸਾਹ ਨੂੰ ਪ੍ਰਾਣ ਕਹਿ ਦਿੰਦੇ ਆ। ਪ੍ਰਾਣ ਖਤਮ ਹੋ ਗਏ ਮਤਲਬ ਬੰਦੇ ਦੀ ਮੌਤ ਹੋ ਗਈ। ਤਾਂ ਡੱਕਵੇਂ ਵਿਅੰਜਨਾਂ ਨੂੰ ਅੱਗੇ ਆਪਾਂ ਦੋ ਭਾਗਾਂ 'ਚ ਵੰਡਾਂਗੇ। ਕਿਹੜੇ ਆਧਾਰ ਤੇ? ਇੱਕ ਤਾਂ ਆਵਾਜ਼ ਦੇ ਆਧਾਰ ਤੇ ਜਿਹਨੂੰ ਆਪਾਂ ਨਾਦ ਕਹਿ ਦਿੰਦੇ ਆ, ਤੇ ਇੱਕ ਸਾਹ ਦੇ ਆਧਾਰ ਤੇ, ਯਾਨੀ ਕਿ ਸਾਹ ਦੀ ਮਿਕਦਾਰ। ਮਿਕਦਾਰ ਦਾ ਮਤਲਬ ਕੀ ਹੁੰਦਾ? ਮਾਤਰਾ, ਠੀਕ ਹੈ ਜੀ, ਮਾਤਰਾ। ਸਾਹ ਦੀ ਮਾਤਰਾ ਦੇ ਆਧਾਰ ਤੇ ਤੇ ਆਵਾਜ਼ ਦੇ ਆਧਾਰ ਤੇ ਆਪਾਂ ਕੀ ਕਰਾਂਗੇ? ਡੱਕਵੇਂ ਵਿਅੰਜਨ ਨੂੰ ਵੰਡਾਂਗੇ। ਕਿਵੇਂ ਵੰਡਾਂਗੇ? ਦੱਸ ਦਿੰਦਾ, ਚਾਰ ਭਾਗਾਂ 'ਚ ਵੰਡਾਂਗੇ। ਪਹਿਲਾ ਤਾਂ ਹੈਗਾ ਜੀ, ਜੇ ਮੈਂ ਇਹਨੂੰ ਨਾਦ ਦੇ ਆਧਾਰ ਤੇ ਵੰਡਾਂ, ਆਵਾਜ਼ ਦੇ ਆਧਾਰ ਤੇ ਵੰਡਾਂ, ਤਾਂ ਦੋ ਭਾਗਾਂ 'ਚ ਵੰਡਿਆ ਜਾਂਦਾ। ਨਾਦੀ ਜਿਹਨੂੰ ਆਪਾਂ ਵੋਇਸਡ ਕਹਿ ਦਿੰਦੇ ਆ, ਆ ਨਾਦੀ ਜਿਹਨੂੰ ਆਪਾਂ ਕਹਿੰਦੇ ਆ ਵੋਇਸਲੈਸ। ਨਾਦੀ ਦਾ ਮਤਲਬ ਕੀ ਆ? ਕਿ ਆਵਾਜ਼ ਪੈਦਾ ਹੋਊਗੀ, ਕੋਈ ਨਾ ਕੋਈ ਕੰਪਨ ਪੈਦਾ ਹੋਊਗੀ ਜਦੋਂ ਆਪਾਂ ਉਹ ਦੁਨੀਆ ਬੋਲਾਂਗੇ। ਅਨਾਦੀ ਮਤਲਬ ਕੋਈ ਆਵਾਜ਼ ਪੈਦਾ ਨਹੀਂ ਹੋਊਗੀ, ਸਿੱਧੀ ਡਾਇਰੈਕਟ ਆਵਾਜ਼ ਬਾਹਰ ਆਊਗੀ। ਕਲੀਅਰ ਹੋ ਗਿਆ? ਇਹ ਤਾਂ ਆਵਾਜ਼ ਦੇ ਆਧਾਰ ਤੇ ਹੈ। ਸਾਹ ਦੀ ਮਾਤਰਾ ਦੇ ਆਧਾਰ ਤੇ ਆਪਾਂ ਵੰਡਦੇ ਹਾਂ ਮਹਾਂ ਪ੍ਰਾਣ ਤੇ ਆਪਾਂ ਅਲਪ ਪ੍ਰਾਣ। ਮਹਾਂ, ਮਹਾਂ ਦਾ ਮਤਲਬ ਆਪਾਂ ਕਹਿੰਦੇ ਮਹਾਰਾਜਾ, ਮਹਾਰਾਣਾ ਪ੍ਰਤਾਪ, ਮਹਾਰਾਜਾ ਰਣਜੀਤ ਸਿੰਘ। ਮਹਾਂ ਦਾ ਮਤਲਬ ਹੁੰਦਾ ਵੱਡਾ, ਤੇ ਮਹਾਂ ਜਦੋਂ ਕੋਈ ਆਪਣਾ ਜਿਹੜਾ ਸਾਹ ਦੀ ਜਿਹੜੀ ਮਾਤਰਾ ਹੈਗੀ ਆ ਵੱਧ ਲੱਗੂਗੀ ਉਹਨੂੰ ਆਪਾਂ ਕਹਿ ਦਾਂਗੇ ਮਹਾਂ ਪ੍ਰਾਣ, ਜਿੱਥੇ ਸਾਹ ਦੀ ਮਾਤਰਾ ਬਿਲਕੁਲ ਨੋਰਮਲ ਲੱਗੂਗੀ ਉਹਨੂੰ ਆਪਾਂ ਕਹਿ ਦਾਂਗੇ ਅਲਪ ਪ੍ਰਾਣ। ਬਹੁਤ ਸੌਖਾ ਹੈ ਜੇ ਸਿਸਟਮੈਟਿਕਲ ਪੜ੍ਹੋਗੇ, ਠੀਕ ਹੈ ਜੀ। ਜੇ ਕਲਾਸ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਭਾਈ, ਜ਼ੋਰ ਬਹੁਤ ਲੱਗਦਾ। ਚਾਰ ਪੰਜ ਕਿਤਾਬਾਂ ਦਾ ਨਿਚੋੜ ਕੱਢ ਕੇ ਤੁਹਾਡੇ ਕੋਲ ਲੈ ਕੇ ਆਉਣਾ। ਕਿਤਾਬਾਂ ਤੁਸੀਂ ਕਦੇ ਜ਼ਿੰਦਗੀ 'ਚ ਪੜ੍ਹੀਆਂ ਨਹੀਂ ਹੋਣਗੀਆਂ। ਪੂਰਾ ਦਿਨ ਲਗਾਇਆ ਤੇ ਮੈਂ 7-8 ਘੰਟੇ, ਚਾਹੇ ਵੀਡੀਓ 15-20 ਮਿੰਟ ਦੀ ਹੋਊਗੀ, ਤੇ ਪੱਕਾ ਪੇਪਰ 'ਚ 1-2 ਪ੍ਰਸ਼ਨ ਦੇਖਣ ਨੂੰ ਮਿਲਣਗੇ। ਜੇ ਨਾ ਮਿਲਣਗੇ ਤਾਂ ਚੈਨਲ ਨੂੰ ਅਨਸਬਸਕ੍ਰਾਈਬ ਕਰ ਜਿਓ, ਠੀਕ ਹੈ, ਇਹ ਮੇਰੀ ਗਰੰਟੀ ਹੈ। ਚਲੋ ਹੁਣ ਆਪਾਂ ਪੜ੍ਹਦੇ ਹਾਂ। ਦੇਖੋ ਪਹਿਲਾਂ ਆਪਾਂ ਆਵਾਜ਼ ਦੇ ਆਧਾਰ ਤੇ, ਅੱਛਾ ਜੀ, ਨਾਦੀ ਤੇ ਅਨਾਦੀ ਦੇ ਵਿੱਚ ਸੰਘੋਸ਼ ਤੇ ਅਘੋਸ਼ ਵੀ ਆ ਜਾਂਦੇ, ਇਹਨਾਂ ਦੇ ਦੂਜੇ ਨਾਮ ਵੀ ਯਾਦ ਰੱਖਣੇ ਆ, ਬੱਚੇ ਕਈ ਵਾਰ ਭੁੱਲ ਜਾਂਦੇ ਆ। ਤਾਂ ਇਹ ਸਾਰਾ ਆਪਾਂ ਡੱਕਵੇਂ ਪੜ੍ਹ ਰਹੇ ਹਾਂ। ਜੇ ਤੁਹਾਨੂੰ ਵਰਡ ਲਿਖਿਆ ਆ ਜੂਗਾ ਵੀ ਡੱਕਵੇਂ ਨਾਦੀ ਕਿਹੜੇ ਹੁੰਦੇ ਆ, ਤਾਂ ਵੀ ਨਾਦੀ ਸੇਮ ਰਹੂਗਾ। ਆ ਡੱਕਵੇਂ ਅਨਾਦੀ ਕਿਹੜੇ ਹੁੰਦੇ ਆ? ਡੱਕਵੇਂ ਮਹਾਂਪ੍ਰਾਣ, ਡੱਕਵੇਂ ਅਲਪ ਪ੍ਰਾਣ, ਤਾਂ ਸੇਮ ਹੈ ਚੀਜ਼। ਇਹ ਯਾਦ ਰੱਖਿਓ, ਆਪਾਂ ਡੱਕਵੇਂ ਵਿਅੰਜਨਾਂ ਦੇ ਅੱਗੇ ਫਰਦਰ ਕੈਟਾਗਰੀ 'ਚ ਵੰਡ ਰਹੇ ਹਾਂ। ਤਾਂ ਪਹਿਲਾਂ ਆਪਾਂ ਨਾਦੀ ਦੀ ਗੱਲ ਕਰਦੇ ਹਾਂ, ਠੀਕ ਹੈ ਜੀ। ਨਾਦੀ ਜਿਹਨੂੰ ਆਪਾਂ ਵੋਇਸਡ ਕਹਿ ਦਿੰਦੇ ਹਾਂ, ਤਾਂ ਨਾਦੀ ਦਾ ਮਤਲਬ ਕੀ ਹੈ? ਪਹਿਲਾਂ ਤਾਂ ਇਹ ਯਾਦ ਰੱਖਣਾ, ਇਹਦਾ ਦੂਜਾ ਨਾਮ ਕੀ ਹੈ? ਸੰਘੋਸ਼। ਕੀ ਨਾਮ ਹੈ ਇਹਦਾ? ਸੰਘੋਸ਼, ਇਹਨੂੰ ਕਹਿੰਦੇ ਆ ਸੰਘੋਸ਼, ਠੀਕ ਹੈ ਜੀ। ਦੂਜਾ ਦੇਖੋ, ਜਿਹੜਾ ਨਾਦ ਹੈ, ਜਿਹੜੀ ਆਵਾਜ਼ ਹੈ, ਉਹਦਾ ਸਿੱਧਾ ਸੰਬੰਧ ਕਿਹਦੇ ਨਾਲ ਹੈ? ਸੁਰ ਤੰਦਾਂ ਦੇ ਨਾਲ। ਸੁਰ ਤੰਦਾਂ ਦੇ ਵਿੱਚ ਕੀ ਪੈਦਾ ਹੁੰਦੀ ਹੈ? ਕੰਬਣੀ ਪੈਦਾ ਹੁੰਦੀ ਹੈ, ਕੰਬਾਹਟ ਪੈਦਾ ਹੁੰਦੀ ਹੈ ਜਦੋਂ ਆਪਾਂ ਕੋਈ ਧੁਨੀ ਉਚਾਰਦੇ ਹਾਂ। ਸੁਰ ਤੰਦਾਂ ਤੁਹਾਨੂੰ ਮੈਂ ਦੱਸਿਆ ਸੀ, ਗਲੇ ਦੇ ਬਿਲਕੁਲ ਅੰਦਰ ਹੁੰਦੀਆਂ ਸੁਰ ਤੰਦਾਂ। ਜੇ ਨਹੀਂ ਦੇਖੀਆਂ ਤਾਂ ਤੁਹਾਨੂੰ ਮੈਂ ਦਿਖਾ ਦਿੰਦਾ, ਇੱਕ ਮਿੰਟ ਦਿਖਾ ਹੀ ਦਵਾਂ। ਆਹ ਦੇਖੋ, ਆਹ ਸੁਰ ਤੰਦਾਂ ਨੇ, ਆਹ ਤੁਹਾਡੀ ਸਾਹ ਨਾਲੀ ਹੈ, ਇਹਦੇ ਵਿੱਚ ਆਹ ਸੁਰ ਤੰਦਾਂ ਹੁੰਦੀਆਂ, ਇਹ ਪਿੱਛੋਂ ਖੁੱਲੀਆਂ ਵੀ ਹੁੰਦੀਆਂ, ਬੰਦ ਵੀ ਹੋ ਸਕਦੀਆਂ, ਠੀਕ ਹੈ ਜੀ। ਇਹਦੇ ਆਧਾਰ ਤੇ ਹੀ ਆਪਾਂ ਦੇਖੋ ਆ ਸੰਘੋਸ਼ ਵਾਲਾ ਕਰ ਰਹੇ ਹਾਂ। ਤਾਂ ਨਾਦੀ ਨੂੰ ਸੰਘੋਸ਼ ਕਿਹਾ ਜਾਂਦਾ ਹੈ, ਇਹਦਾ ਸੰਬੰਧ ਸਿੱਧਾ ਸੁਰ ਤੰਦਾਂ ਦੀ ਕੰਬਾਹਟ ਨਾਲ ਹੁੰਦਾ, ਠੀਕ ਹੈ ਜੀ। ਜਿਹੜੀਆਂ ਸੁਰ ਤੰਦਾਂ ਸਾਡੇ ਗਲੇ ਵਿੱਚ ਸਭ ਤੋਂ ਪਹਿਲਾਂ ਉਚਾਰਨ ਅੰਗ ਦੇ ਤੌਰ ਤੇ ਹੁੰਦੀਆਂ ਨੇ, ਕਹਿੰਦਾ ਵੀ ਇਹਨਾਂ ਦੀ ਸ਼ਕਲ ਬੜੀ ਬਰੀਕ ਹੁੰਦੀ ਹੈ, ਸਭ ਤੋਂ ਮਤਲਬ ਛੋਟਾ ਅੰਗ ਕਹਿ ਸਕਦੇ ਹਾਂ ਗਲੇ ਦਾ। ਪਿਛਲੇ ਪਾਸੋਂ ਇਹ ਬੰਦ ਵੀ ਹੋ ਸਕਦੀ ਹੈ, ਖੁੱਲੀਆਂ ਵੀ ਜਾ ਸਕਦੀਆਂ, ਠੀਕ ਹੈ ਜੀ। ਕਿਉਂਕਿ ਜੇ ਖੁੱਲੀਆਂ ਤੇ ਬੰਦ ਹੋਣਗੀਆਂ ਤਾਂ ਹੀ ਤਾਂ ਕੰਬਣੀ ਪੈਦਾ ਹੋਊਗੀ, ਤੇ ਇਹ ਸਾਹ ਨੂੰ ਰੋਕਦੀਆਂ ਨੇ, ਠੀਕ ਹੈ ਜੀ। ਜਦੋਂ ਬੰਦ ਹੋ ਜਾਂਦੀਆਂ, ਸਾਹ ਨੂੰ ਰੋਕ ਵੀ ਲੈਂਦੀਆਂ ਤੇ ਸਾਹ ਨੂੰ ਛੱਡ ਵੀ ਦਿੰਦੀਆਂ। ਕੌਣ? ਸੁਰ ਤੰਦਾਂ। ਤਾਂ ਇਸੇ ਬੇਸ ਤੇ ਕੀ ਬਣਦੀਆਂ ਆਪਣੇ ਕੋਲ? ਜਿਹੜੀ ਕੰਬਣੀ ਪੈਦਾ ਹੁੰਦੀ ਹੈ ਉਸੇ ਆਧਾਰ ਤੇ ਆਪਾਂ ਨੂੰ ਕਹਿ ਦਿੰਦੇ ਹਾਂ, ਠੀਕ ਹੈ ਜੀ, ਡੱਕਵੇਂ ਨਾਦੀ ਸੰਘੋਸ਼ ਨਾਦੀ ਵਿਅੰਜਨ ਕਹਿ ਦਿੰਦੇ ਹਾਂ ਆਪਾਂ, ਠੀਕ ਹੈ। ਨਾਮ ਚਾਹੇ ਜਿਵੇਂ ਇਕੱਲਾ ਨਾਦੀ ਕਹਿ ਦਿਓ, ਡੱਕਵੇਂ ਨਾਦੀ ਕਹਿ ਦਿਓ, ਸੰਘੋਸ਼ ਕਹਿ ਦਿਓ, ਨਾਦੀ ਸੰਘੋਸ਼ ਕਹਿ ਦਿਓ, ਗੱਲ ਇੱਕੋ ਹੀ ਹੈ, ਠੀਕ ਹੈ ਜੀ। ਹੁਣ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਨਾਦੀ ਹੁੰਦੇ ਆ। ਤਾਂ ਨਾਦੀ ਜਿਹੜੇ ਹੁੰਦੇ ਆ, ਠੀਕ ਹੈ ਜੀ, ਇਹਨਾਂ ਦਾ ਧੁਨੀ ਉਤਪਾਦਨ ਦੇ ਵਿੱਚ ਮੁੱਖ ਯੋਗਦਾਨ ਹੁੰਦਾ, ਇਹਨਾਂ ਦੇ ਆਧਾਰ ਤੇ ਹੀ ਆਵਾਜ਼ ਪੈਦਾ ਹੋਊਗੀ। ਤੇ ਆਪਣੇ ਪੰਜਾਬੀ ਦੇ ਵਿੱਚ ਜਿਹੜੇ ਹੁੰਦੇ ਆ ਰਾਜੇ,
ਉਹ ਮੈਂ ਦੱਸਦਾ ਕਿੰਨੇ ਹੁੰਦੇ, 5 ਹੁੰਦੇ ਆ। ਕਹਿੰਦਾ ਜਦੋਂ ਕੁਝ ਕੁ ਧੁਨੀਆਂ ਦੇ ਉਚਾਰਨ ਸਮੇਂ ਜਿਹੜੀਆਂ ਸੁਰਤੰਦਾਂ ਹੁੰਦੀਆਂ ਉਹ ਬਹੁਤ ਨੇੜੇ ਆ ਜਾਂਦੀਆਂ, ਤਾਂ ਨੇੜੇ ਆਉਣ ਕਾਰਨ ਉਹਨਾਂ ਦੇ ਵਿੱਚ ਕੀ ਪੈਦਾ ਹੁੰਦੀ ਹੈ, ਕੰਬਣੀ ਪੈਦਾ ਹੁੰਦੀ ਹੈ। ਉਹ ਕਿਹੜੀਆਂ ਕਿਹੜੀਆਂ ਨੇ? 5, ਠੀਕ ਹੈ ਜੀ। ਉਹਨਾਂ ਨੂੰ ਆਪਾਂ ਨਾਦੀ ਜਾਂ ਸੰਕੋਚ ਧੁਨੀਆਂ ਕਹਿ ਦਿੰਦੇ ਹਾਂ। ਇਹ ਆਪਣੇ ਕੋਲੇ 5 ਨੇ। ਹੁਣ 5 ਕਿਹੜੀਆਂ ਕਿਹੜੀਆਂ ਹੈਗੀਆਂ ਯਾਦ ਰੱਖਿਓ, ਕੱਕੇ ਤੋਂ ਲੈ ਕੇ ਪੱਪੇ ਵਰਗ ਤੱਕ। ਪਹਿਲਾ ਮੁੱਖ ਵਰਗ ਛੱਡ ਦਿਓ, ਨਵੀਨ ਵਰਗ ਛੱਡ ਦਿਓ, ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਦਾ ਹਰ ਤੀਜਾ ਅੱਖਰ ਸੰਘੋਸ਼ ਨਾਦੀ ਹੁੰਦਾ, ਠੀਕ ਹੈ ਜੀ। ਹੁਣ ਕਿਹੜਾ ਕਿਹੜਾ? ਗੱਗਾ, ਤਾਂ ਬੋਲ ਕੇ ਦੇਖੋ, ਜਿਹੜੀਆਂ ਪਿੱਛੇ ਜਿਹੜੀ ਆਪਣੀ ਸੁਰਤੰਦ ਹੈਗੀ ਆ ਉਹ ਤੁਹਾਨੂੰ ਬੰਦ ਹੁੰਦੀ ਪ੍ਰਤੀਤ ਹੋਊਗੀ। ਗੱਗਾ, ਜੱਜਾ, ਡੱਡਾ, ਕੰਬਣੀ ਪੈਦਾ ਹੋ ਰਹੀ ਹੈ, ਦੱਦਾ, ਬੱਬਾ ਕਰਕੇ ਦੇਖੋ, ਤੁਹਾਨੂੰ ਛੋਟੀ ਜਿਹੀ ਆਪਣੇ ਆਪ ਗਲੇ 'ਚ ਆਵਾਜ਼ ਕੰਬਣੀ ਮਹਿਸੂਸ ਹੋਊਗੀ, ਠੀਕ ਹੈ ਜੀ। ਤਾਂ ਆਪਣੇ ਕੋਲੇ ਕੀ ਹੋ ਗਈਆਂ? ਪਹਿਲਾਂ ਸੰਘੋਸ਼, ਜਿਹਨੂੰ ਆਪਾਂ ਨਾਦੀ ਧੁਨੀਆਂ ਵੀ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਾਊਂਡ, ਠੀਕ ਹੈ, ਵੋਇਸਡ ਸਾਊਂਡ ਹੈ। ਵੋਇਸ ਦਾ ਮਤਲਬ ਕਿ ਕੋਈ ਨਾ ਕੋਈ ਕੰਬਣੀ ਪੈਦਾ ਹੋਊਗੀ। ਕਲੀਅਰ ਹੋ ਗਿਆ? ਤਾਂ ਇਹ ਆਪਣੇ ਕੋਲੇ ਕੀ ਹੋ ਗਈਆਂ? ਸੰਘੋਸ਼ ਨਾਦੀ ਧੁਨੀਆਂ। ਇਹ ਕਿੰਨੀਆਂ ਨੇ ਆਪਣੇ ਕੋਲੇ? 5। ਕਈ ਕਿਤਾਬਾਂ ਦੇ ਵਿੱਚ 10 ਵੀ ਲਿਖਿਆ ਹੋਇਆ, ਪਰ ਆਪਾਂ 10 ਨਹੀਂ ਪੜ੍ਹਨੀ, ਆਪਾਂ 5 ਪੜ੍ਹਨੀ ਆ। ਉਹਦਾ ਕਾਰਨ ਮੈਂ ਬਿਲਕੁਲ ਐਂਡ ਤੇ ਦੱਸੂਗਾ, ਮੈਂ ਵਾਰ ਵਾਰ ਕਹਿ ਰਿਹਾ, ਐਂਡ ਤੇ ਕਨਕਲੂਜ਼ਨ ਜ਼ਰੂਰ ਦੇਖ ਕੇ ਜਾਇਓ, ਉੱਥੋਂ ਹੀ ਤੁਹਾਨੂੰ ਸਾਰੀ ਚੀਜ਼ ਸਮਝ ਆਊਗੀ। ਹੁਣ ਆਪਾਂ ਚਾਰਟ ਦੇਖਦੇ ਹਾਂ, ਤਾਂ ਚਾਰਟ ਦੇ ਵਿੱਚ ਅਗਰ ਆਪਾਂ ਦੇਖੀਏ, ਆਪਾਂ ਹੁਣ ਕੀ ਪੜ੍ਹਿਆ? ਨਾਦੀ ਪੜ੍ਹਿਆ। ਕੀ ਪੜ੍ਹਿਆ? ਨਾਦੀ। ਨਾਦੀ ਦਾ ਮਤਲਬ ਜਿੱਥੇ ਆਵਾਜ਼ ਪੈਦਾ ਹੁੰਦੀ ਹੈ। ਤਾਂ ਆਪਾਂ ਹਜੇ ਫਿਲਹਾਲ ਨਾਦੀ ਦੀ ਗੱਲ ਕਰਦੇ ਹਾਂ, ਅਲਪ ਪ੍ਰਾਣ ਮਹਾਂਪ੍ਰਾਣ ਦੀ ਗੱਲ ਨਹੀਂ ਕਰਦੇ। ਤਾਂ ਆਹ ਦੇਖੋ, ਨਾਦੀ ਧੁਨੀਆਂ ਆਪਾਂ ਕਿਹੜੀਆਂ ਪੜ੍ਹੀਆਂ ਨੇ? 5 ਨੇ। ਕਿਹੜੀਆਂ ਕਿਹੜੀਆਂ? ਗੱਗਾ, ਜੱਜਾ, ਤੀਜਾ ਤੀਜਾ ਅੱਖਰ, ਦੇਖੋ ਕੱਕੇ ਵਰਗ ਦਾ ਤੀਜਾ ਅੱਖਰ, ਚੱਚੇ ਵਰਗ ਦਾ ਤੀਜਾ ਅੱਖਰ, ਟੈਕੇ ਵਰਗ ਦਾ ਤੀਜਾ ਅੱਖਰ, ਤੱਤੇ ਵਰਗ ਦਾ ਤੀਜਾ ਅੱਖਰ ਤੇ ਪੱਪੇ ਵਰਗ ਦਾ ਤੀਜਾ ਅੱਖਰ। ਇਹ ਕੀ ਹੈ ਆਪਣੇ ਕੋਲੇ? ਨਾਦੀ ਧੁਨੀਆਂ, ਠੀਕ ਹੈ, ਜਿਹੜੀਆਂ ਕਿ ਕੰਬਣੀ ਪੈਦਾ ਕਰਦੀਆਂ। ਆਈ ਹੋਪ ਇਹ ਕਲੀਅਰ ਹੋ ਗਿਆ ਹੋਊਗਾ ਤੁਹਾਨੂੰ। ਅੱਗੇ ਚੱਲਦੇ ਹਾਂ ਜੀ। ਹੁਣ ਆਪਾਂ ਪੜ੍ਹਦੇ ਹਾਂ ਆ ਨਾਦੀ, ਠੀਕ ਹੈ। ਪਹਿਲਾਂ ਆਪਾਂ ਕੀ ਪੜ੍ਹਿਆ? ਸੰਘੋਸ਼ ਪੜ੍ਹਿਆ। ਹੁਣ ਆਪਾਂ ਕੀ ਪੜ੍ਹਾਂਗੇ? ਆਗੋਸ਼, ਠੀਕ ਹੈ। ਵੋਇਸਲੈਸ, ਜਿਹੜਾ ਆੜਾ ਹੁੰਦਾ ਇਹ ਨੈਗੇਟਿਵ ਵਾਸਤੇ ਵਰਤਿਆ ਜਾਂਦਾ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਆ ਨਾਦੀ ਯਾਨੀ ਕਿ ਜਿਹੜੀ ਆਵਾਜ਼ ਨਹੀਂ ਪੈਦਾ ਕਰੂਗੀ, ਵੋਇਸਲੈਸ ਹੋਏਗੀ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਹੋਊਗਾ ਰਾਜੇ? ਇਸ ਧੁਨੀਆਂ ਨੂੰ ਉਚਾਰਨ ਸਮੇਂ ਜਿਹੜੀਆਂ ਸੁਰਤੰਦਾਂ ਦੇ ਵਿੱਚੋਂ ਜਿਹੜੀ ਹਵਾ ਹੁੰਦੀ ਆ ਉਹ ਬਿਨਾਂ ਰੋਕੇ ਬਾਹਰ ਆਊਗੀ, ਕਿਸੇ ਪ੍ਰਕਾਰ ਦੀ ਕੰਪਨੀ ਪੈਦਾ ਨਹੀਂ ਹੋਊਗੀ। ਹੁਣ ਜਦੋਂ ਆਪਾਂ ਕਿਸੇ ਚੀਜ਼ ਨੂੰ ਰੋਕਾਂਗੇ ਨਹੀਂ ਤਾਂ ਕੰਪਨੀ ਕੀ ਪੈਦਾ ਹੋਣੀ ਹੈ? ਤਾਂ ਉਹਨੂੰ ਆਪਾਂ ਕੀ ਕਹਿ ਦਾਂਗੇ? ਆਗੋਸ਼ ਜਾਂ ਫਿਰ ਆ ਨਾਦੀ, ਠੀਕ ਹੈ ਜੀ। ਤਾਂ ਹੁਣ ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ, ਇਹਦੇ ਵਿੱਚ ਇਹ ਹੁੰਦੀਆਂ 10। ਕਿਹੜੀਆਂ ਕਿਹੜੀਆਂ ਹੁੰਦੀਆਂ? ਕਹਿੰਦਾ ਕੱਕੇ ਤੋਂ ਲੈ ਕੇ ਪੱਪੇ, ਕੱਕੇ ਤੋਂ ਲੈ ਕੇ ਪੱਪੇ ਵਰਗ ਦੇ ਪਹਿਲੇ ਦੋ ਅੱਖਰ, ਪਹਿਲੇ ਦੋ ਅੱਖਰ। ਪਹਿਲਾਂ ਆਪਾਂ ਤੀਜਾ ਅੱਖਰ ਦੇਖਿਆ, ਉਹ ਨਾਦੀ ਸੀਗਾ। ਪਹਿਲੇ ਦੋ ਅੱਖਰ ਕੀ ਬਣ ਗਏ? ਆ ਨਾਦੀ ਬਣ ਗਏ। ਕਿਹੜੇ ਕਿਹੜੇ? ਕੱਕਾ, ਖੱਖਾ, ਚੱਚਾ, ਛੱਛਾ, ਟੈਂਕਾ, ਠੱਠਾ, ਤੱਤਾ, ਥੱਥਾ, ਪੱਪਾ, ਫੱਫਾ। ਦੇਖੋ ਬਿਨਾਂ ਰੋਕ ਆਵਾਜ਼ ਬਾਹਰ ਆ ਰਹੀ ਹੈ। ਤਾਂ ਚਾਰਟ ਪੜ੍ਹੋ, ਚਾਰਟ ਨੂੰ ਅਗਰ ਆਪਾਂ ਪੜ੍ਹਾਂਗੇ, ਦੇਖੋ ਆ ਵੀ ਨਾਦੀ ਆ ਤੇ ਆ ਵੀ ਨਾਦੀ, ਪਹਿਲੇ ਦੋ ਦੋ ਅੱਖਰ, ਕੱਕਾ, ਖੱਖਾ, ਚੱਚਾ, ਛੱਛਾ, ਟੈਂਕਾ, ਠੱਠਾ, ਤੱਤਾ, ਥੱਥਾ, ਪੱਪਾ, ਫੱਫਾ। ਅੱਜ ਮੈਨੂੰ ਪੰਜਾਬੀ ਵਾਲੇ ਮਾਸਟਰ ਦੀ ਯਾਦ ਆ ਗਈ, ਬਾਹਲੀ ਕੁੱਟਦਾ ਹੁੰਦਾ ਸਾਨੂੰ ਪੰਜਾਬੀ ਵਾਲਾ ਮਾਸਟਰ। ਚਾਹੇ ਪੰਜਾਬੀ ਆਪਾਂ ਕਹਿ ਦਿੰਦੇ ਸਾਡੀ ਮਾਂ ਬੋਲੀ ਹੈ, ਪਰ ਵਿਆਕਰਨ ਹਰੇਕ ਭਾਸ਼ਾ ਦਾ ਬਹੁਤ ਮਤਲਬ ਗੱਡਮਾ ਹੁੰਦਾ, ਸਿਰਾ ਹੁੰਦਾ, ਜਿਹਨੂੰ ਸਮਝਣਾ ਬਹੁਤ ਔਖਾ। ਸਾਰੀ ਉਮਰ ਬੰਦਾ ਲੱਗ ਰਿਹਾ ਤਾਂ ਵੀ ਨਹੀਂ ਸਿੱਖ ਸਕਦਾ। ਮੈਨੂੰ ਪੰਜਾਬੀ ਬਣਾਉਂਦੇ ਨੂੰ 2 ਸਾਲ ਹੋ ਚੱਲੇ, ਲਗਭਗ 1.5 ਸਾਲ ਹੋ ਚੱਲੇ ਆ, ਹਰ ਵਾਰੀ ਮੈਂ ਨਵੀਂ ਚੀਜ਼ ਸਿੱਖਦਾ, ਠੀਕ ਹੈ ਜੀ। ਤਾਂ ਹਜੇ ਆਪਾਂ ਕੀ ਪੜ੍ਹਿਆ ਰਾਜੇ? ਹਜੇ ਆਪਾਂ ਪੜ੍ਹਿਆ ਢੱਕਵੇਂ ਵਿਅੰਜਨ ਪੜ੍ਹਿਆ, ਇਸ ਤੋਂ ਇਲਾਵਾ ਆਪਾਂ ਪੜ੍ਹਿਆ ਨਾਦੀ ਤੇ ਅਨਾਦੀ ਪੜ੍ਹਿਆ, ਹਜੇ ਆਪਾਂ ਅਲਪ ਪ੍ਰਾਣ ਮਹਾਂਪ੍ਰਾਣ ਦੀ ਗੱਲ ਨਹੀਂ ਕੀਤੀ, ਠੀਕ ਹੈ ਜੀ। ਆਪਾਂ ਪਹਿਲਾਂ ਉਚਾਰਨ ਸਥਾਨ ਦੇ ਢੰਗ ਤੇ ਪੜ੍ਹਿਆ, ਕੀ ਪੜ੍ਹਿਆ? ਕੰਠੀ, ਤਾਲਵੀ, ਮੂਰਤਨੀ, ਦੰਤੀ, ਹੋਂਠੀ, ਸੁਰਯੰਤਰੀ। ਫਿਰ ਆਪਾਂ ਉਚਾਰਨ ਢੰਗ ਦੇ ਆਧਾਰ ਤੇ ਕੀ ਪੜ੍ਹ ਰਹੇ ਹਾਂ? ਢੱਕਵੇਂ ਤੇ ਅਡੱਕਵੇਂ। ਅਡੱਕਵੇਂ ਹਜੇ ਆਪਾਂ ਨਹੀਂ ਪੜ੍ਹਿਆ, ਆਪਾਂ ਸਿਰਫ ਢੱਕਵੇਂ ਪੜ੍ਹ ਰਹੇ ਹਾਂ। ਢੱਕਵੇਂ ਦੇ ਵਿੱਚ ਆਪਾਂ ਕੀ ਪੜ੍ਹਿਆ? ਨਾਦੀ ਤੇ ਅਨਾਦੀ। ਹੁਣ ਆਪਾਂ ਗੱਲ ਕਰਾਂਗੇ ਸਾ ਦੇ ਆਧਾਰ ਤੇ, ਠੀਕ ਹੈ। ਢੱਕਵੇਂ ਦੇ ਅੰਦਰ ਆਪਾਂ ਕੀ ਕੀਤਾ? ਇੱਕ ਤਾਂ ਆਵਾਜ਼ ਦੇ ਆਧਾਰ ਤੇ ਪੜ੍ਹਿਆ, ਆਵਾਜ਼ ਦੇ ਆਧਾਰ ਤੇ ਕੀ ਆ ਗਿਆ? ਨਾਦੀ ਤੇ ਅਨਾਦੀ। ਹੁਣ ਆਪਾਂ ਸਾਹ ਦੇ ਆਧਾਰ ਤੇ ਪੜ੍ਹਾਂਗੇ, ਕੀ ਆਜੂਗਾ? ਮਹਾਂਪ੍ਰਾਣ ਤੇ ਅਲਪ ਪ੍ਰਾਣ।
ਚੱਕ ਦਾਂਗੇ ਫੱਟੇ, ਕੋਈ ਚੱਕਰ ਨਹੀਂ ਹੈਗਾ। ਚਲੋ ਜੀ, ਕਹਿੰਦਾ ਪ੍ਰਾਣਤਾ, ਪ੍ਰਾਣਤਾ ਦਾ ਮਤਲਬ ਹੁੰਦਾ ਸਾਹ ਦੀ ਮਾਤਰਾ। ਸਾਹ ਦੀ ਮਾਤਰਾ ਦੇ ਆਧਾਰ ਤੇ ਆਪਾਂ ਦੋ ਭਾਗਾਂ 'ਚ ਵੰਡਾਂਗੇ, ਮਾਹ ਪ੍ਰਾਣ, ਠੀਕ ਹੈ ਜੀ, ਐਸਪਾਇਰੇਟਿਡ ਤੇ ਅਲਪ ਪ੍ਰਾਣ, ਅਨਐਸਪਾਇਰੇਟਿਡ, ਠੀਕ ਹੈ ਜੀ। ਅੰਗਰੇਜ਼ੀ ਦੇ ਵਿੱਚ ਮੈਂ ਤਾਂ ਲਿਖਿਆ ਕਿਉਂਕਿ ਕਈ ਬੱਚੇ ਵਿਚਾਰੇ ਹੋਣਗੇ ਕਾਨਵੈਂਟ ਸਕੂਲਾਂ ਵਾਲੇ, ਸਾਨੂੰ ਤਾਂ ਸਮਝ ਆ ਜਾਊਗਾ, ਇਸ ਤਾਂ ਫੱਟੀਆਂ ਵਾਲੇ ਜਵਾਕ ਆ, ਪ੍ਰਾਇਮਰੀ ਸਕੂਲਾਂ ਵਾਲੇ ਜਵਾਕ। ਹੁਣ ਮਹਾ ਪ੍ਰਾਣ, ਠੀਕ ਹੈ ਜੀ, ਤੇ ਇੱਕ ਅਲਪ ਪ੍ਰਾਣ। ਮਹਾ ਦਾ ਮਤਲਬ ਕੀ ਹੋ ਗਿਆ, ਜਿਹਦੇ ਵਿੱਚ ਸਾਹ ਦੀ ਮਾਤਰਾ ਵਧੇਰੇ ਲੱਗੂਗੀ, ਜ਼ਿਆਦਾ। ਮਾਹ ਦਾ ਮਤਲਬ ਵੱਡਾ, ਜ਼ਿਆਦਾ, ਠੀਕ ਹੈ ਜੀ, ਯਾਦ ਰੱਖਣਾ। ਤਾਂ ਮਾਹ ਪ੍ਰਾਣ ਦੀ ਗੱਲ ਕਰਦੇ ਆ, ਕਹਿੰਦਾ ਇਹਦੇ ਵਿੱਚ ਕੀ ਹੋਊਗਾ, ਜਿਹੜਾ ਸਾਹ ਦੀ ਮਾਤਰਾ ਜਿਹੜੀ ਹੈਗੀ ਹੈ ਉਹਦਾ ਸਿੱਧਾ ਸੰਬੰਧ ਆਪਣੇ ਫੇਫੜਿਆਂ ਨਾਲ ਹੁੰਦਾ ਹੈ, ਕਿਉਂਕਿ ਫੇਫੜਿਆਂ ਦੇ ਵਿੱਚੋਂ ਹੀ ਹਵਾ ਜਿਹੜੀ ਹੁੰਦੀ ਹੈ ਉਹ ਬਾਹਰ ਆਉਂਦੀ ਹੈ। ਕਿੰਨੀ ਮਾਤਰਾ 'ਚ ਬਾਹਰ ਆਊਗੀ ਉਸੇ ਆਧਾਰ ਤੇ ਆਪਾਂ ਇਹਨੂੰ ਵੰਡਾਂਗੇ, ਠੀਕ ਹੈ ਜੀ। ਜੇ ਕੁਝ ਕੁ ਧੁਨੀਆਂ ਨੂੰ ਉਚਾਰਨ ਸਮੇਂ ਜਿਹੜੀ ਸਾਹ ਦੀ ਮਾਤਰਾ ਜਾਂ ਸਾਹ ਦੀ ਜਿਹੜੀ ਹਵਾ ਹੈਗੀ ਹੈ ਉਹਦੀ ਮਾਤਰਾ ਸਧਾਰਨ ਨਾਲੋਂ, ਨੋਰਮਲ ਨਾਲੋਂ ਥੋੜੀ ਜੀ ਵੱਧ ਆਵੇ ਜਾਂ ਵੱਧ ਵਰਤਣੀ ਪਵੇ, ਉਹਨੂੰ ਆਪਾਂ ਕੀ ਕਹਿ ਦਾਂਗੇ, ਮਾਹ ਪ੍ਰਾਣ ਕਹਿ ਦਾਂਗੇ। ਤਾਂ ਹੁਣ ਕਿਹੜੀਆਂ ਧੁਨੀਆਂ ਨੇ ਜਿਨ੍ਹਾਂ ਨੂੰ ਉਚਾਰਨ ਸਮੇਂ ਜ਼ਿਆਦਾ ਮਾਤਰਾ ਦੀ ਜ਼ਰੂਰਤ ਪੈਂਦੀ ਹੈ, ਸਾਹ ਦੀ ਹਵਾ ਦੀ ਮਾਤਰਾ ਜ਼ਿਆਦਾ ਲੱਗਦੀ ਹੈ, ਉਹ ਕਿਹੜੀਆਂ ਕਿਹੜੀਆਂ ਧੁਨੀਆਂ ਨੇ, ਉਹ ਆਪਣੇ ਕੋਲੇ, ਠੀਕ ਹੈ ਜੀ, ਪੰਜ ਧੁਨੀਆਂ ਨੇ। ਕਿਹੜੀਆਂ ਕਿਹੜੀਆਂ, ਕੱਕੇ ਤੋਂ ਲੈ ਕੇ ਪੱਪੇ ਦਾ ਹਰ ਦੂਜਾ ਅੱਖਰ, ਕੱਕੇ ਤੋਂ ਪੱਪੇ ਦਾ ਹਰ ਦੂਜਾ ਅੱਖਰ, ਕਿਹੜਾ ਕਿਹੜਾ, ਕੱਕੇ ਤੋਂ ਲੈ ਕੇ ਪੱਪੇ, ਕੱਕਾ ਵਰਗ ਦਾ ਦੂਜਾ ਅੱਖਰ ਕੀ ਆ, ਖਾ, ਦੇਖੋ ਜ਼ਿਆਦਾ ਜ਼ੋਰ ਲੱਗ ਰਿਹਾ, ਛੱਛਾ, ਠੱਠਾ, ਤੱਦਾ, ਫੱਫਾ। ਤਾਂ ਆਪਣੇ ਕੋਲੇ ਕੀ ਹੋ ਗਿਆ ਜੀ, ਮਾਂ ਪ੍ਰਾਣ ਹੋ ਗਿਆ। ਇਹ ਆਪਾਂ ਕੀ ਪੜ੍ਹ ਰਹੇ ਹਾਂ ਜੀ, ਮਾਂ ਪ੍ਰਾਣ ਤੇ ਅਲਪ ਪ੍ਰਾਣ। ਮਾਂ ਪ੍ਰਾਣ ਪਤਾ ਲੱਗ ਗਿਆ ਆਪਣੇ ਕੋਲੇ ਕਿੰਨੇ ਨੇ, ਪੰਜ ਨੇ। ਹੁਣ ਬੱਚੇ ਕਹਿਣਗੇ ਜੀ 10 ਵੀ ਮਾਂ ਪ੍ਰਾਣ ਹੁੰਦੇ ਆ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਮੈਂ 10 ਕਿਉਂ ਨਹੀਂ ਪੜ੍ਹਾ ਰਿਹਾ, ਉਹਦਾ ਇੱਕ ਕਾਰਨ ਹੈ, ਠੀਕ ਹੈ ਜੀ, ਉਹ ਕਾਰਨ ਮੈਂ ਐਂਡ ਤੇ ਦੱਸ ਦੂੰਗਾ। ਤਾਂ ਦੇਖੋ ਹੁਣ ਆਪਾਂ ਮਾਂ ਪ੍ਰਾਣ ਦੀ ਗੱਲ ਕਰਦੇ ਹਾਂ, ਤਾਂ ਆਪਾਂ ਪੜ੍ਹ ਰਹੇ ਹਾਂ ਜੀ ਮਾਂ ਪ੍ਰਾਣ। ਹਜੇ ਮੈਂ ਨਾਦੀ ਨਾਦੀ ਚੱਕਰ 'ਚ ਨਹੀਂ ਪਾ ਰਿਹਾ ਤੁਹਾਨੂੰ, ਹਜੇ ਸਿਰਫ ਮੈਂ ਅਲਪ ਪ੍ਰਾਣ ਤੇ ਮਾਂ ਪ੍ਰਾਣ ਦੀ ਗੱਲ ਕਰ ਰਹੇ ਹਾਂ। ਮਾਂ ਪ੍ਰਾਣ ਦੇ ਵਿੱਚ ਆਪਾਂ ਕੀ ਪੜ੍ਹਿਆ, ਪੰਜ ਹੁੰਦੇ ਆ, ਹਰ ਦੂਜਾ ਅੱਖਰ, ਖੱਖਾ, ਛੱਛਾ, ਠੱਠਾ, ਥੱਥਾ, ਫੱਫਾ। ਤਾਂ ਠੀਕ ਹੈ ਜੀ, ਪਤਾ ਲੱਗ ਗਿਆ ਮਾਂ ਪ੍ਰਾਣ ਕੀ ਹੁੰਦਾ। ਹੁਣ ਆਪਾਂ ਪੜਾਂਗੇ ਜੀ ਅਲਪ ਪ੍ਰਾਣ, ਠੀਕ ਹੈ ਜੀ। ਅਲਪ ਪ੍ਰਾਣ ਕਿਹੜਾ ਹੋਊਗਾ, ਕਹਿੰਦਾ ਵੀ ਜਿੰਨਾ ਧੁਨੀਆਂ ਦਾ ਉਚਾਰਨ ਸਾਹ ਦੀ ਸਧਾਰਨ ਮਾਤਰਾ ਨਾਲ ਹੋ ਸਕਦਾ, ਬਿਲਕੁਲ ਨੋਰਮਲ, ਜੋ ਆਪਾਂ ਨੋਰਮਲ ਸਾਹ ਦੀ ਮਾਤਰਾ ਨਾਲ ਕੋਈ ਧੁਨੀ ਉਚਾਰਾਂਗੇ ਉਹਨੂੰ ਆਪਾਂ ਕਹਿ ਦਾਂਗੇ ਅਲਪ ਪ੍ਰਾਣ। ਇਹ ਆਪਣੇ ਕੋਲ 10 ਹੁੰਦੀਆਂ ਨੇ, ਕਿਹੜੀਆਂ ਕਿਹੜੀਆਂ, ਹਰੇਕ ਵਰਗ ਦਾ ਪਹਿਲਾ ਤੇ ਤੀਜਾ ਅੱਖਰ, ਕਿਹੜਾ ਕਿਹੜਾ, ਪਹਿਲਾ ਅੱਖਰ ਕਿਹੜਾ ਬਣੂਗਾ, ਕੱਕਾ ਤੇ ਗੱਗਾ, ਚੱਚਾ ਤੇ ਜੱਜਾ, ਟੈਂਕਾ ਤੇ ਡੱਡਾ, ਤੱਤਾ ਤੇ ਦੱਦਾ, ਪੱਪਾ ਤੇ ਬੱਬਾ। ਇਹ ਕੀ ਹੋ ਗਿਆ ਆਪਣੇ ਕੋਲੇ, ਅਲਪ ਪ੍ਰਾਣ ਹੋ ਗਿਆ। ਆ ਦੇਖੋ ਹੁਣ ਅਲਪ ਪ੍ਰਾਣ ਕਿਹੜੇ ਕਿਹੜੇ ਆ, ਆਪਾਂ ਅਲਪ ਪ੍ਰਾਣ ਆ ਪਿਆ ਪਹਿਲਾ ਅੱਖਰ ਤੇ ਤੀਜਾ ਅੱਖਰ, ਕੱਕਾ, ਗੱਗਾ, ਚੱਚਾ, ਜੱਜਾ, ਟੈਂਕਾ, ਡੱਡਾ, ਤੱਤਾ, ਦੱਦਾ, ਪੱਪਾ ਤੇ ਬੱਬਾ। ਕਲੀਅਰ ਹੋ ਗਿਆ, ਆਈ ਹੋਪ ਆਪਾਂ ਹੁਣ ਤੱਕ ਜਿਹੜਾ ਚਾਰਟ ਪੜਿਆ ਉਹ ਤੁਹਾਨੂੰ ਕਲੀਅਰ ਹੋਊਗਾ। ਮੈਂ ਫਿਰ ਵੀ ਇੱਕ ਵਾਰੀ ਰਿਵਾਈਜ਼ ਕਰਾ ਦਿੰਦਾ, ਆਪਾਂ ਪੜ ਰਹੇ ਹਾਂ ਵਿਅੰਜਨਾਂ ਦਾ ਵਰਗੀਕਰਨ। ਪਹਿਲਾਂ ਆਪਾਂ ਉਚਾਰਨ ਸਥਾਨ ਦੇ ਆਧਾਰ ਤੇ ਪੜਿਆ ਵੀ ਕਿਹੜੇ ਕਿਹੜੇ ਅੰਗ ਕੀ ਰੁਕਾਵਟ ਪਾਉਂਦੇ ਆ, ਜਿਵੇਂ ਆਪਾਂ ਕੰਠੀ ਪੜਿਆ, ਤਾਲਵੀ, ਮੂਰਧਨੀ, ਦੰਤੀ, ਹੋਂਠੀ ਤੇ ਸੁਰਯੰਤਰੀ। ਫਿਰ ਆਪਾਂ ਉਚਾਰਨ ਢੰਗ ਦੇ ਆਧਾਰ ਤੇ ਪੜ ਰਹੇ ਹਾਂ ਡੱਕਵੇਂ। ਡੱਕਵੇਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੀ, ਠੀਕ ਹੈ ਜੀ, ਆਪਣੀ, ਠੀਕ ਹੈ ਜੀ, ਇੱਕ ਤਾਂ ਆਵਾਜ਼ ਦੇ ਆਧਾਰ ਤੇ ਤੇ ਇੱਕ ਸਾਹ ਦੇ ਆਧਾਰ ਤੇ, ਠੀਕ ਹੈ ਜੀ, ਸਾਹ ਦੀ ਕਿੰਨੀ ਮਾਤਰਾ ਲੱਗਦੀ ਆ। ਆਵਾਜ਼ ਦੇ ਆਧਾਰ ਤੇ ਆਪਾਂ ਪੜਿਆ ਨਾਦੀ ਤੇ ਅਨਾਦੀ, ਸਾਹ ਦੇ ਆਧਾਰ ਤੇ ਪੜਿਆ ਆਪਾਂ ਮਾਹ ਪ੍ਰਾਣ ਤੇ ਅਲਪ ਪ੍ਰਾਣ। ਕਲੀਅਰ ਹੋ ਗਿਆ ਹੁਣ ਤੁਹਾਨੂੰ ਸਾਰਾ ਕੁਝ, ਆਈ ਹੋਪ ਕਲੀਅਰ ਹੋ ਗਿਆ ਹੋਊਗਾ, ਠੀਕ ਹੈ ਜੀ। ਹੁਣ ਜਿਹੜਾ ਤੁਸੀਂ ਆ ਕਹਿ ਰਹੇ ਆ ਵੀ ਸਰ ਜਿਹੜਾ ਆਪਾਂ ਅਨਾਦੀ ਮਾਹ ਪ੍ਰਾਣ ਤੇ ਨਾਦੀ ਅਲਪ ਪ੍ਰਾਣ ਤਾਂ ਪੜ੍ਹ ਲਿਆ, ਨਾਦੀ ਇਕੱਲਾ ਅਲਪ ਪ੍ਰਾਣ ਹੀ ਪੜਿਆ, ਮਾਹ ਪ੍ਰਾਣ ਕਿਉਂ ਨਹੀਂ ਪੜਿਆ? ਕਿਉਂਕਿ ਜਿਹੜੇ ਅਜੋਕੇ ਵਿਗਿਆਨੀ ਹੈਗੇ ਆ ਇਹਨੂੰ
ਇਸ ਵੰਡ ਦੇ ਵਿੱਚ ਨਹੀਂ ਰੱਖਦੇ, ਉਹ ਮੈਂ ਐਂਡ 'ਚ ਦੱਸਦਾ ਕਿਉਂ ਨਹੀਂ ਰੱਖਦੇ। ਤੁਸੀਂ ਪੜ੍ਹਨਾ ਪੜ੍ਹ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅੱਜ ਤੋਂ ਪਹਿਲਾਂ ਜਿਹੜੀ ਮੈਂ ਮੈਰਥਨ ਲਾਈ ਸੀ ਉਹ 'ਚ ਮੈਂ ਪੜ੍ਹਾਇਆ ਸੀ, ਪਰ ਤੁਸੀਂ ਜੇ ਇਸ ਦੇ ਅਕੋਰਡਿੰਗ ਪੜ੍ਹ ਲਓਗੇ ਚੰਗੀ ਗੱਲ ਹੈ, ਕਿਉਂਕਿ ਅੱਜ ਕੱਲ੍ਹ ਅਜੋਕਾ ਜਿਹੜਾ ਵਿਗਿਆਨਿਕ ਦੇ ਆਧਾਰ ਤੇ ਹੀ ਪੰਜਾਬੀ ਦੇ ਕੁਸਚਨ ਪੁੱਛੇ ਜਾ ਰਹੇ ਪੇਪਰਾਂ 'ਚ, ਜਿੰਨਾ ਕਿ ਮੈਂ ਐਨਾਲਿਸਿਸ ਕੀਤਾ ਉਹ ਆਪਾਂ ਪੜ੍ਹਦੇ ਹਾਂ। ਹੁਣ ਆਪਾਂ ਉੱਪਰ ਵਾਲਾ ਸਾਰਾ ਪੜ੍ਹ ਲਿਆ, ਹੁਣ ਆਪਾਂ ਥੱਲੇ ਵਾਲਾ ਪੜ੍ਹਨਾ। ਦੇਖੋ ਉੱਪਰ ਵਾਲਾ ਸਾਰਾ ਚਾਰਟ ਪੜ੍ਹ ਲਿਆ, ਹੁਣ ਤੁਸੀਂ ਆਪਣੇ ਆਪ ਚਾਰਟ ਬਣਾ ਸਕਦੇ ਹੋ। ਕਿਹੜਾ ਕਿਹੜਾ ਚਾਰਟ ਪੜ੍ਹ ਲਿਆ ਆਪਾਂ? ਆਪਾਂ ਇੰਨਾ ਚਾਰਟ ਪੜ੍ਹ ਲਿਆ ਸਾਰਾ, ਠੀਕ ਹੈ ਜੀ, ਇਹ ਸਾਰਾ ਚਾਰਟ ਪੜ੍ਹ ਲਿਆ ਆਪਾਂ, ਇੰਨੇ ਦਾ ਇੰਨਾ, ਠੀਕ ਹੈ। ਹੁਣ ਆਪਾਂ ਪੜ੍ਹਨਾ ਜੀ ਆ ਡਾਕੂਮੈਂਟ। ਹੁਣ ਮੈਂ ਡਾਕੂਮੈਂਟ ਤੁਹਾਨੂੰ ਪੜ੍ਹਾਇਆ, ਤੁਸੀਂ ਮਾੜਾ ਜਿਹਾ ਦਿਮਾਗ ਦੜਾਓ। ਡਾਕੂਮੈਂਟ ਕਿਹੜੇ ਸੀਗੇ? ਜਿਹਨੂੰ ਡੱਕ ਲੈਂਦੇ ਆਪਾਂ, ਡੱਕ ਕੇ ਤੇ ਇੱਕਦਮ ਛੱਡ ਦਿੰਦੇ ਆ, ਕੋਈ ਚੀਜ਼ ਰੁਕ ਕੇ ਇੱਕਦਮ ਬਾਹਰ ਆਉਂਦੀ ਆ ਹਵਾ ਫਰਾਟੇ ਵਾਂਗੂ, ਉਹਨੂੰ ਕਹਿ ਦਿੰਦੇ ਆ ਡਾਕੂਮੈਂਟ ਵਿਅੰਜਨ। ਤੇ ਉਹਦੇ ਆਪੋਜ਼ਿਟ ਆ ਡਾਕੂਮੈਂਟ ਕਿਹੜੇ ਹੋਣਗੇ? ਵੀ ਜਿਨ੍ਹਾਂ ਨੂੰ ਉਚਾਰਨ ਸਮੇਂ ਹਵਾ ਬੇਰੋਕ ਬਿਨਾਂ ਕਿਸੇ ਰੋਕਿਆਂ ਟੋਕਿਆਂ ਬਾਹਰ ਆਊਗੀ, ਯਾਨੀ ਕਿ ਅੰਸ਼ਕ ਰੂਪ ਦੇ ਵਿੱਚ ਰੋਕ ਕੇ ਛੱਡਿਆ ਤਾਂ ਬਹੁਤ ਘੱਟ ਮਾਤਰਾ 'ਚ, ਜੇ ਰੁਕੂਗੀ ਵੀ ਤਾਂ ਬਹੁਤ ਘੱਟ ਮਾਤਰਾ 'ਚ ਰੁਕੂਗੀ। ਤਾਂ ਪੰਜਾਬੀ 'ਚ ਕਿਹੜੇ ਕਿਹੜੇ ਆ? ਮੰਮਾ, ਨੰਨਾ, ਨਾਣਾ, ਜਈਆਂ, ਲੱਲਾ, ਲੱਲੇ ਪੈਰ ਬਿੰਦੀ, ਰਾਰਾ, ਡਾੜਾ, ਸੱਸਾ, ਸੱਸੇ ਪੈਰ ਬਿੰਦੀ, ਹਾਹਾ। ਤੁਸੀਂ ਚਾਰਟ ਦੇਖ ਲਿਓ, ਆ ਸਾਰੇ ਜਿਹੜੇ ਹੈਗੇ ਆ ਨਾ, ਆ ਸਾਰੇ ਜਿਹੜੇ ਹੈਗੇ ਆ ਇਹ ਤੁਹਾਡੇ ਕੀ ਆ? ਆ ਡੱਕਵੇਂ ਵਿਅੰਜਨ ਆ। ਬਸ ਡੱਕਵੇਂ ਯਾਦ ਰੱਖ ਲਿਓ, ਜਿਹੜੇ ਬਾਕੀ ਰਹਿ ਜਾਣਗੇ ਸਾਰੇ ਉਹ ਆ ਡੱਕਵੇਂ ਆ। ਕਲੀਅਰ ਹੈ? ਤਾਂ ਡੱਕਵੇਂ ਅਡੱਕਵੇਂ ਪੜ੍ਹ ਲਿਆ, ਡੱਕਵੇਂ ਦੇ ਅੱਗੇ ਆਪਾਂ ਪੜ੍ਹ ਲਿਆ ਨਾਦੀ, ਅਨਾਦੀ, ਅਲਪ ਪ੍ਰਾਣ, ਮਹਾਂਪ੍ਰਾਣ। ਹੁਣ ਆ ਡੱਕਵੇਂ 'ਚ ਪੜ੍ਹਦੇ ਹਾਂ ਆਪਾਂ। ਆ ਡੱਕਵੇਂ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਆਪਾਂ ਨਾਸਕੀ, ਜਿਹਨੂੰ ਅਨੁਨਾਸਕੀ ਵੀ ਕਹਿ ਦਿੰਦੇ ਹਾਂ, ਨੈਸਲ, ਯਾਨੀ ਕਿ ਨਾਸਾਂ ਦੇ ਵਿੱਚੋਂ ਆਵਾਜ਼ ਆਊਗੀ ਆਪਣੇ, ਥੋੜ੍ਹੀ ਜਿਹੀ ਆਵਾਜ਼ ਗਲੇ 'ਚੋਂ, ਬਾਕੀ ਜ਼ਿਆਦਾ ਆਵਾਜ਼ ਕਿਹ 'ਚੋਂ ਆਊਗੀ? ਨੱਕ 'ਚੋਂ ਆਊਗੀ। ਤਾਂ ਜਿਹੜੀ ਇਹਨਾਂ ਧੁਨੀਆਂ ਨੂੰ ਉਚਾਰਨ ਸਮੇਂ ਸਾਹ ਦੀ ਜਿਹੜੀ ਹਵਾ ਹੈਗੀ ਉਹ ਨੱਕ ਦੇ ਰਸਤੇ ਬਾਹਰ ਆਉਂਦੀ ਹੈ, ਤਾਂ ਕਰਕੇ ਵੇਖ ਲਓ ਮੰਮਾ, ਨੰਨਾ, ਨਾਣਾ, ਯਈਆਂ, ਅੰਗਾ। ਤਾਂ ਦੇਖੋ ਸਾਰੀ ਆਵਾਜ਼ ਨੱਕ 'ਚੋਂ ਬਾਹਰ ਆ ਰਹੀ ਹੈ। ਤਾਂ ਇਹ ਕਿਹੜੀਆਂ ਹੈਗੀਆਂ ਨੇ? ਇਹ ਆਪਣੀਆਂ ਨਾਸਕੀ ਧੁਨੀਆਂ, ਬਾਕੀ ਜਿਹੜੀਆਂ ਬਚ ਗਈਆਂ ਪੰਜਾਂ ਤੋਂ ਇਲਾਵਾ ਜਿੰਨੀਆਂ ਵੀ ਬਚ ਗਈਆਂ ਉਹ ਸਾਰੀਆਂ ਕੀ ਨੇ? ਮੌਖਿਕ ਧੁਨੀਆਂ, ਠੀਕ ਹੈ। ਉਹ ਮੂੰਹ 'ਚੋਂ ਆਊਗੀ ਆਵਾਜ਼ ਜਿੰਨੀ ਵੀ ਆਊਗੀ, ਇਹ ਸਿਰਫ ਪੰਜ ਧੁਨੀਆਂ ਨੂੰ ਛੱਡ ਕੇ। ਤਾਂ ਪੰਜ ਦੀਆਂ ਪੰਜ ਕੀ ਨੇ? ਇਹ ਆਪਣੀਆਂ ਨਾਸਕੀ ਧੁਨੀਆਂ, ਜਿਹਨੂੰ ਆਪਾਂ ਅਨੁਨਾਸਕੀ ਵੀ ਕਹਿ ਦਿੰਦੇ ਹਾਂ। ਹੁਣ ਪੇਪਰ 'ਚ ਐਂ ਪੁੱਛ ਲੂਗਾ, ਟੋਟਲ ਨਹੀਂ ਪੁੱਛਦਾ, ਉਹ ਏਡ ਲਿਖਿਆ ਵਿੱਚੋਂ ਕਿਹੜੀ ਨਾਸਕੀ ਧੁਨੀ ਹੈ ਜਾਂ ਕਿਹੜੀ ਨਹੀਂ ਹੈ। ਤਾਂ ਕੌਣ ਜਵਾਬ ਦਊਗਾ? ਜਿਹਨੇ ਬਹੁਤ ਵਧੀਆ ਢੰਗ ਨਾਲ ਥਿਊਰੀ ਪੜ੍ਹੀ ਹੋਊਗੀ। ਕੁਐਸਚਨ ਇੱਕ ਆਇਆ ਸੀ, ਕਹਿੰਦਾ ਜਿਹੜੇ ਅੱਖਰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਅਨੁਨਾਸਕੀ ਜਾਂ ਫਿਰ ਨਾਸਕੀ ਜਾਂ ਫਿਰ ਨੈਸਲ, ਠੀਕ ਹੈ। ਨੈਸਲ ਕਹਿ ਦਿੰਦੇ ਨੱਕ ਨੂੰ। ਤਾਂ ਕਲੀਅਰ, ਨਾਸਾਂ ਨੂੰ ਕਹਿ ਦਿੰਦੇ ਆਪਾਂ। ਪਹਿਲਾ ਪੜ੍ਹ ਲਿਆ ਆਪਾਂ ਆ ਡਾਕੂਮੈਂਟ ਦੇ ਵਿੱਚ, ਪਹਿਲਾਂ ਕੀ ਪੜ੍ਹਿਆ ਆਪਾਂ? ਅਨੁਨਾਸਕੀ ਜਾਂ ਨਾਸਕੀ ਧੁਨੀਆਂ ਪੜ੍ਹਿਆ ਜਿਹਦੇ ਨੱਕ 'ਚੋਂ ਆਵਾਜ਼ ਆਉਂਦੀ ਹੈ। ਅਗਲਾ ਆਪਾਂ ਪੜ੍ਹਦੇ ਹਾਂ ਜੀ ਕਾਂਬਵਾਂ ਵਿਅੰਜਨ, ਥ੍ਰਿਲ। ਕੰਬਵਾਂ, ਕੰਬਵਾਂ ਮਤਲਬ ਜਦੋਂ ਪੁਰਾਣੇ ਟਾਈਮ ਤੇ ਮਾਸਟਰ ਨੂੰ ਦੇਖ ਕੇ ਨਾ ਬੱਚੇ ਕਲਾਸਾਂ 'ਚ ਐਂ ਕਰਨ ਲੱਗ ਜਾਂਦੇ ਸੀ, ਮੈਥ ਵਾਲੇ ਜਾਂ ਸਾਇੰਸ ਵਾਲੇ ਮਾਸਟਰ ਨੂੰ ਦੇਖ ਕੇ ਖਾਸ ਕਰਕੇ। ਤਾਂ ਕਾਂਬਵਾਂ ਵਿਅੰਜਨ ਕਿਹੜਾ ਹੋਊਗਾ? ਕਹਿੰਦਾ ਜਿਸ ਦੇ ਉਚਾਰਨ ਵੇਲੇ ਜਿਹੜੀ ਜੀਭ ਦੇ ਵਿੱਚ ਥੋੜਾ ਜਿਹਾ ਕਾਂਬਾ ਪੈਦਾ ਹੋਊਗਾ, ਜਾਂ ਫਿਰ ਜਿਹੜੀ ਜੀਭ ਹੁੰਦੀ ਆ ਵਾਰ ਵਾਰ ਆਪਣੇ ਬੁੱਟ, ਬੁੱਟ ਦਾ ਮਤਲਬ ਕੀ ਹੁੰਦਾ? ਜਿਹੜਾ ਸਖਤ ਤਾਲੂ ਆ ਉਹਨੂੰ ਬੁੱਟ, ਜਾਂ ਆਪਣੇ ਆਹ ਦੰਦਾਂ ਦੇ ਜਿਹੜੇ ਬੁੱਟ ਹੁੰਦੇ ਆ ਨਾ, ਦੰਦਾਂ ਦਾ ਪੀੜ ਹੁੰਦਾ ਉਹਨੂੰ ਬੁੱਟ ਕਹਿ ਦਿੰਦੇ ਆ। ਤਾਂ ਵਾਰ ਵਾਰ ਬੁੱਟਾਂ ਨੂੰ ਛੂਹਗੀ। ਤਾਂ ਜਦ ਤੁਸੀਂ ਯਾਦ ਨਾ ਰੱਖ ਲਓ ਵੀ ਜੀਭ 'ਚ ਕਾਂਬਾ ਪੈਦਾ ਹੋਊਗਾ, ਕਿਹੜਾ ਹੈ ਕਾਂਬਵਾਂ ਵਿਅੰਜਨ ਕਿਹੜਾ ਆਪਣੇ ਕੋਲੇ? ਰਾ ਰਾ, ਕਿਹੜਾ? ਰਾ ਰਾ, ਬੋਲ ਕੇ ਦੇਖੋ, ਰਾ ਰਾ। ਤਾਂ ਕੰਬ ਰਿਹਾ, ਤਾਂ ਕਾਂਬਵਾਂ ਵਿਅੰਜਨ ਪੁੱਛਿਆ ਜਾ ਸਕਦਾ। ਪੰਜਾਬੀ 'ਚ ਇੱਕ ਕਾਂਬਵਾਂ ਵਿਅੰਜਨ ਹੈ ਤੁਹਾਡਾ, ਕਿਹੜਾ ਜੀ? ਰਾ ਰਾ। ਕਲੀਅਰ ਹੈ ਜੀ? ਅੱਗੇ ਚੱਲੀਏ। ਅੱਗੇ ਆ ਗਿਆ ਜੀ ਫਟਕਵਾਂ ਵਿਅੰਜਨ, ਜਿਹਨੂੰ ਆਪਾਂ ਫਲੈਪ ਕਹਿ ਦਿੰਦੇ ਹਾਂ, ਫਲੈਪ। ਹੁਣ ਫਟਕਵਾਂ ਵਿਅੰਜਨ ਕੀ ਹੁੰਦਾ? ਇਹਨੂੰ ਹੁਣ ਫਟਕਵਾਂ ਵੀ ਕਹਿ ਦਿੰਦੇ ਆ, ਲਟਕਵਾਂ ਵੀ ਕਹਿ ਦਿੰਦੇ ਆ। ਇਹ ਕੀ ਗੱਲ ਬਣੀ? ਲਟਕਵਾਂ ਅੱਜ ਕੱਲ੍ਹ ਬੋਲਣਾ ਸ਼ੁਰੂ ਕੀਤਾ, ਵੈਸੇ ਜਿਹੜਾ ਟੈਕਨੀਕਲ ਇਹਦਾ ਨਾਮ ਹੈਗਾ ਉਹ ਹੈਗਾ ਫਟਕਵਾਂ। ਫਟਕਵਾਂ ਕਿਉਂ ਕਹਿੰਦੇ ਇਹਨੂੰ? ਕਹਿੰਦਾ ਵੀ ਇਹਦੇ ਉਚਾਰਨ ਵੇਲੇ ਜਿਹੜੀ ਜੀਭ ਹੁੰਦੀ ਆ ਤਾਲੂ ਨੂੰ ਛੂ ਕੇ
ਝਟਕੇ ਦੇ ਨਾਲ ਜਾਣੀ ਕਿ ਫਟਕੇ ਨਾਲ ਹੇਠਾਂ ਆਉਂਦੀ ਆ, ਇੱਕਦਮ ਝਟਕੇ ਨਾਲ ਹੇਠਾਂ ਆਉਂਦੀ ਹੈ। ਤਾਂ ਕਿਹੜੇ ਕਿਹੜੇ ਫਟਕਵਾਂ ਵਿਅੰਜਨ ਹੈਗਾ ਭਾਈ? ਆਪਣੇ ਕੋਲੇ ਇੱਕ ਹੀ ਫਟਕਵਾਂ ਵਿਅੰਜਨ ਹੈ, ਉਹ ਹੈਗਾ ੜਾੜਾ। ਦੇਖੋ ਬੋਲ ਕੇ ਦੇਖੋ, ੜਾੜਾ। ਯਕਦਮ ਥੱਲੇ ਆ ਰਹੀ ਹੈ ਜੀ, ਉੱਪਰ ਟੱਚ ਹੋ ਕੇ ੜਾੜਾ। ਕਲੀਅਰ ਹੈ? ਤਾਂ ਇਹ ਹੈਗਾ ਜੀ ਤੁਹਾਡਾ ਫਟਕਵਾਂ ਵਿਅੰਜਨ। ਨੈਕਸਟ ਚੱਲਦੇ ਹਾਂ ਜੀ ਆਪਾਂ ਖੈਵੇਂ ਵਿਅੰਜਨ, ਠੀਕ ਹੈ, ਜਿਹੜੇ ਖਹਿ ਖਹਿ ਕੇ ਲੰਘਦੇ ਆ, ਖਹਿ ਖਹਿ ਕੇ ਲੰਘਦੇ ਆ, ਠੀਕ ਹੈ। ਤਾਂ ਖੈਵੇਂ ਵਿਅੰਜਨ ਕਿਹੜੇ ਹੋ ਗਏ? ਕਹਿੰਦਾ ਵੀ ਜਿਨ੍ਹਾਂ ਨੂੰ ਉਚਾਰਨ ਸਮੇਂ ਸਾਹ ਦੀ ਹਵਾ, ਜਿਹੜੇ ਉਚਾਰਨ ਅੰਗ ਹੁੰਦੇ ਆ, ਉਹ ਨਾਲ ਖਹਿ ਕੇ ਬਾਹਰ ਨਿਕਲੂਗੀ। ਕਿਵੇਂ ਨਿਕਲੂਗੀ ਖਹਿ ਕੇ ਬਾਹਰ? ਤੁਸੀਂ ਬੋਲ ਕੇ ਦੇਖੋ, ਸੱਸਾ, ਠੀਕ ਹੈ, ਖਹਿ ਰਹੀ ਹੈ ਹਵਾ, ਸੱਸਾ, ਸੱਸੇ ਪੈਰ ਬਿੰਦੀ ਸ਼ੈ, ਸ਼ੈ ਬੋਲਦੀ ਵੈਸੇ ਨੂੰ, ਹਾ। ਇਹ ਸਾਰੇ ਕੀ ਨੇ? ਤੁਹਾਡੇ ਖੈਵੇਂ ਵਿਅੰਜਨ ਨੇ, ਠੀਕ ਹੈ ਜੀ। ਪਰ ਇਹਨਾਂ ਨੂੰ ਖੈਵੇਂ ਤਾਂ ਕਹਿੰਦੇ ਕਹਿੰਦੇ, ਇੱਕ ਇਹਨਾਂ ਦਾ ਹੋਰ ਨਾਮ ਵੀ ਹੈਗਾ, ਇਹਨੂੰ ਉਸਮ ਵੀ ਕਹਿੰਦੇ ਆ, ਸਿਬੀਲੈਂਟ, ਠੀਕ ਹੈ ਜੀ, ਉਸਮ ਧੁਨੀਆ ਕਹਿ ਦਿੰਦੇ ਆ, ਇਹ ਵੀ ਯਾਦ ਰੱਖ ਲਿਓ, ਇਹ ਨਾਮ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ। ਤਾਂ ਅੱਗੇ ਚੱਲਦੇ ਆ ਆਪਾਂ, ਖੈਵੇਂ ਵਿਅੰਜਨ ਤੋਂ ਬਾਅਦ ਆ ਗਿਆ ਸਰਕਵੇਂ ਵਿਅੰਜਨ, ਜਾਂ ਫਿਰ ਇਹਨਾਂ ਨੂੰ ਅਰਧ ਵਿਅੰਜਨ ਵੀ ਕਹਿ ਦਿੰਦੇ ਆ, ਜਾਂ ਫਿਰ ਇਹਨਾਂ ਨੂੰ ਕਹਿ ਦਿੰਦੇ ਆ ਖਿਸਕਵੇਂ ਵਿਅੰਜਨ ਕਹਿ ਦਿੰਦੇ ਆ। ਅਰਧ ਵਿਅੰਜਨ ਕਿਉਂ ਕਹਿੰਦੇ ਆ ਰਾਜੇ? ਕਿਉਂਕਿ ਕਦੇ ਕਦੇ ਇਹ ਸਵਰ ਬਣ ਜਾਂਦੇ ਆ, ਕਦੇ ਕਦੇ ਕੀ ਬਣ ਜਾਂਦੇ ਆ ਰਾਜੇ? ਕਦੇ ਕਦੇ ਇਹ ਸਵਰ ਬਣ ਜਾਂਦੇ ਆ, ਕਦੇ ਕਦੇ ਬਣ ਜਾਂਦੇ ਆ ਇਹ ਕੰਸੋਨੈਂਟ ਬਣ ਜਾਂਦੇ ਆ, ਕਦੇ ਵੋਵਲ ਤੇ ਕਦੇ ਕੰਸੋਨੈਂਟ। ਤਾਂ ਪੰਜਾਬੀ ਦੇ ਵਿੱਚ ਦੋ ਨੇ, ਯਈਆ ਤੇ ਵਾਵਾ, ਇਹ ਦੋਵੇਂ ਸਰਕਵੇਂ ਧੁਨੀਆਂ ਹੈ। ਕਿਉਂ ਸਰਕਵੀਂ ਧੁਨੀਆਂ ਹੈ? ਕਿਉਂਕਿ ਕਦੇ ਇਹ ਵਿਅੰਜਨ 'ਚ ਬਦਲ ਜਾਂਦੀਆਂ, ਕਦੇ ਸਵਰਾਂ ਦੇ ਵਿੱਚ ਬਦਲ ਜਾਂਦੀਆਂ। ਮੈਂ ਬਦਲ ਕੇ ਦਿਖਾਉਣਾ, ਚਿੰਤਾ ਨਾ ਕਰੋ, ਠੀਕ ਹੈ ਜੀ। ਤਾਂ ਇਸੇ ਕਰਕੇ ਇਹਨਾਂ ਨੂੰ ਅਰਧ ਸਵਰ ਸਰਕਵੇਂ ਜਾਂ ਖਿਸਕਵੇਂ, ਜਿਵੇਂ ਅੱਜ ਕੱਲ੍ਹ ਦੇ ਨੇਤਾ ਨਹੀਂ ਹੁੰਦੇ, ਕਦੇ ਐਸ ਪਾਰਟੀ 'ਚ, ਕਦੇ ਉਸ ਪਾਰਟੀ 'ਚ, ਕਦੇ ਆਮ ਆਦਮੀ, ਕਦੇ ਖਾਸ ਆਦਮੀ, ਠੀਕ ਹੈ ਜੀ। ਉਹ ਕੀ ਹੈ, ਸਰਕਦੇ ਰਹਿੰਦੇ ਆ ਅਕੋਰਡਿੰਗ ਟੂ ਸਿਚੁਏਸ਼ਨ। ਤਾਂ ਇਹ ਵੀ ਆਈ ਆ ਪਤੰਦਰ ਦੋਨੇ, ਤੁਹਾਨੂੰ ਮੈਂ ਪੜ੍ਹ ਕੇ ਦੇਖੋ। ਜਿਵੇਂ ਆਪਾਂ ਇੱਕ ਸ਼ਬਦ ਲਿਖਦੇ ਆ ਗਿਆਨੀ, ਠੀਕ ਹੈ ਜੀ, ਇਹ ਗਿਆਨੀ ਕੀ ਹੈ, ਕੰਸੋਨੈਂਟ ਹੈ। ਜਿਵੇਂ ਆ ਗਿਆਨੀ ਲਿਖੂੰਗਾ ਤਾਂ ਇਹ ਸਵਰ ਧੁਨੀ ਆ, ਆ ਸਵਰ ਧੁਨੀ ਹੈ, ਇੱਥੇ ਕੀ ਹੈ, ਕੰਸੋਨੈਂਟ ਹੈ। ਇਵੇਂ ਇੱਕ ਮੈਂ ਹੋਰ ਸ਼ਬਦ ਲਿਖੂੰਗਾ, ਜਿਵੇਂ ਇੱਕ ਮੈਂ ਸ਼ਬਦ ਲਿਖਾਂ ਗਵਾਚਾ, ਪੰਜਾਬੀ 'ਚ ਗਵਾਚਾ ਐਵੇਂ ਵੀ ਲਿਖ ਦਿੰਦੇ ਆ, ਤੇ ਗਵਾਚਾ ਐਵੇਂ ਵੀ ਲਿਖ ਦਿੰਦੇ ਆ। ਤਾਂ ਕਦੇ ਇਹ ਵਿਅੰਜਨ ਤੇ ਕਦੇ ਆ, ਜਿਵੇਂ ਲਿਖ ਦਿੰਦੇ ਯੋਧਾ, ਜਾਂ ਐਂ ਲਿਖ ਦਿੰਦੇ ਯੋਧਾ, ਕਿਸਦਾ ਨਾਮ ਲਿਖੀਏ ਆਪਾਂ, ਜਾਂ ਫਿਰ ਆਪਾਂ ਲਿਖੀਏ ਜਿਵੇਂ ਆਪਾਂ ਲਿਖ ਦਿੰਦੇ ਆ ਸਵਾਮੀ, ਠੀਕ ਹੈ ਜੀ। ਆ ਦੇਖੋ ਹੁਣ ਇਹ ਕੀ ਹੈ, ਇੱਥੇ ਸਵਰ ਹੈ ਸਵਾਮੀ, ਸਵਰ ਧੁਨੀ ਹੈ ਸਵਾਮੀ, ਜੇ ਮੈਂ ਲਿਖ ਦੇਵਾਂ ਸਵਾਮੀ, ਇਹ ਕੰਸੋਨੈਂਟ ਬਣ ਗਿਆ, ਜਾਨੀ ਕਿ ਖਿਸਕਦੇ ਰਹਿੰਦੇ ਆ। ਤਾਂ ਕਰਕੇ ਇਹਨਾਂ ਨੂੰ ਕੀ ਕਹਿ ਦਿੰਦੇ ਆ ਆਪਾਂ, ਅਰਧ ਵਿਅੰਜਨ ਕਹਿ ਦਿੰਦੇ ਆ, ਗਲੀਡਿੰਗ, ਠੀਕ ਹੈ ਜੀ। ਨੈਕਸਟ ਚੱਲਦੇ ਆ ਜੀ ਆਪਾਂ, ਤਾਂ ਅੱਗੇ ਆਪਾਂ ਦੇਖੋ ਸਰਕਵੇਂ ਤੇ ਆਪਾਂ ਅਰਧ ਵਿਅੰਜਨ ਪੜ੍ਹਦੇ ਆ, ਨੈਕਸਟ ਸ਼ੁਰੂ ਕਰਦੇ ਆ ਆਪਾਂ। ਤਾਂ ਇੱਕ ਚੀਜ਼ ਹੋਰ ਪੜ੍ਹਨੀ ਆਪਾਂ, ਦੇਖੋ ਯਈਏ ਨੂੰ ਬੋਲ ਕੇ ਦੇਖੋਗੇ ਨਾ ਤੁਸੀਂ, ਯਈਏ ਨੂੰ ਧਿਆਨ ਨਾਲ ਦੇਖੋ, ਜੋ ਤੁਸੀਂ ਯਈਆ ਬੋਲੋਗੇ, ਯਈਆ ਬੋਲਣ ਲੱਗੇ ਆਪਣੀ ਜਿਹੜੀ ਜੀਭ ਹੁੰਦੀ ਆ, ਪਹਿਲਾਂ ਈੜੀ ਨੂੰ ਸਿਹਾਰੀ ਵਾਲੀ ਸਥਿਤੀ ਤੇ ਆਉਂਦੀ ਹੈ, ਯਈਆ ਈੜੀ ਨੂੰ ਸਿਹਾਰੀ ਵਾਲੀ ਸਥਿਤੀ ਤੇ ਆ ਕੇ ਇੱਕਦਮ ਕੀ ਹੋ ਜਾਂਦੀ ਹੈ, ਖਿਸਕ ਜਾਂਦੀ ਹੈ, ਠੀਕ ਹੈ। ਤਾਂ ਇਹਨਾਂ ਨੂੰ ਸਰਕਵੇਂ ਜਾਂ ਖਿਸਕਵੇਂ ਵਿਅੰਜਨ ਵੀ ਕਹਿੰਦੇ ਆ। ਐਵੇਂ ਵਾਵਾ ਬੋਲ ਕੇ ਦੇਖੋ, ਵਾ ਵਾ, ਉੜੇ ਔਂਕੜ ਵਾਲੀ ਸਥਿਤੀ ਤੇ ਆਉਂਦੀ ਹੈ, ਫਿਰ ਝੱਟ ਕੀ ਕਰ ਜਾਂਦੀ ਹੈ, ਸਰਕ ਜਾਂਦੀ ਹੈ। ਤਾਂ ਇਹਨਾਂ ਨੂੰ ਸਰਕਵੇਂ ਜਾਂ ਖਿਸਕਵੇਂ ਵਿਅੰਜਨ ਵੀ ਕਿਹਾ ਜਾਂਦਾ ਹੈ। ਅਰਧ ਵਿਅੰਜਨ ਤੁਹਾਨੂੰ ਮੈਂ ਦੱਸਤਾ ਕਿਉਂ ਕਹਿੰਦੇ ਆ। ਤਾਂ ਹੁਣ ਇਹ ਸਾਰੀ ਵੀਡੀਓ ਦਾ ਵਿਸ਼ਲੇਸ਼ਣ ਕੀ ਕਹਿੰਦਾ ਹੈ? ਵਿਸ਼ਲੇਸ਼ਣ ਇਹ ਕਹਿੰਦਾ ਵੀ ਜਿਹੜੇ ਮੈਂ ਬ੍ਰੈਡ 'ਚ ਪਾਏ ਸੀ ਅੱਖਰ, ਜਾਂ ਫਿਰ ਜਿਹੜੇ ਮੈਂ ਤੁਹਾਨੂੰ ਅਲਪ ਪ੍ਰਾਂਤ ਤੇ ਮਹਾਂ ਪ੍ਰਾਂਤ ਦੇ ਵਿੱਚ ਨਾਦੀ ਦੇ ਵਿੱਚ ਨਹੀਂ ਕਰਾਇਆ, ਉਹਦਾ ਕਾਰਨ ਕੀ ਹੈ ਉਹ ਮੈਂ ਦੱਸ ਰਿਹਾ। ਪਹਿਲੀ ਗੱਲ ਤਾਂ ਇਹ ਵੀ ਵਿਸ਼ਲੇਸ਼ਣ ਦੇ ਵਿੱਚ ਆਪਾਂ ਇਹ ਨੋਟ ਕਰਨਾ ਹੈ ਵੀ ਆਪਣੇ ਕੋਲੇ ਟੋਟਲ ਜਿਹੜੇ ਅੱਖਰ ਹੈਗੇ ਆ ਅਜੋਕੀ ਪੰਜਾਬੀ 35 ਦੇ ਵਿੱਚ, ਉਹ 41 ਹੈ। ਮਹਾਰਾਜ ਨੇ 35 ਕੀਤੇ ਸੀ, ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਜਿਹੜੇ ਨਵੀਨ ਵਰਗ ਐਡ ਹੋਇਆ, ਫਿਰ ਇੱਕ ਦੇਸੀ ਧੁਨੀ ਲੱਲੇ ਪੈਰ ਬਿੰਦੀ ਐਡ ਹੋਈ ਹੈ। ਤਾਂ ਟੋਟਲ 41 ਅੱਖਰ ਨੇ, ਉਹਨਾਂ ਚੋਂ 29 ਕੀ ਆ ਵਿਅੰਜਨ ਨੇ, 10 ਆਪਣੇ ਕੋਲੇ ਧੁਨੀਆਂ, ਸਵਰ 3 ਨੇ, ਊੜਾ ਆੜਾ ਤੇ ਈੜੀ, ਪਰ ਸਵਰ ਧੁਨੀਆਂ ਕਿੰਨੀਆਂ ਨੇ, 10।
ਤੇ ਦੋ ਆਪਣੇ ਕੋਲ ਕੀ ਹੋ ਗਿਆ 8 ਸਵਾਰ ਹੋ ਗਏ ਤਾਂ ਟੋਟਲ 41 ਹੋ ਗਏ 29 ਤੇ 10 39 ਤੇ 2 41 ਤਾਂ ਟੋਟਲ ਆਪਣੇ ਕੋਲ ਕਿੰਨੇ ਹੋ ਗਏ 41 29 ਕੰਸੋਨੈਂਟ 10 ਵੋਵਲਸ ਤੇ 2 ਅਰਧ ਸਵਰ ਠੀਕ ਹੈ ਜੀ ਤਾਂ ਇਹ ਧੁਨੀਆਂ ਦੀ ਗੱਲ ਹੋ ਰਹੀ ਹੈ ਹਜੇ ਅੱਖਰਾਂ ਦੀ ਗੱਲ ਨਹੀਂ ਹੋ ਰਹੀ ਭਾਈ ਇਹ ਧੁਨੀਆਂ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਤਾਂ ਨੈਕਸਟ ਗੱਲ ਕਰਦੇ ਹਾਂ ਦੇਖੋ ਇੱਕ ਮੈਂ ਤੁਹਾਨੂੰ ਦੇਖੋ ਪੰਜਾਬੀ ਦੇ ਵਿੱਚ ਜਿਹੜੀ ਮਾਡਰਨ ਪੀੜ੍ਹੀ ਹੈਗੀ ਹੈ ਉਹ ਅੱਜ ਕੱਲ੍ਹ ਅੰਗਾਂ ਤੇ ਯਈਆਂ ਦੀ ਵਰਤੋਂ ਬਹੁਤ ਨਾ ਮਾਤਰ ਹੋ ਗਈ ਹੈ ਚਾਹੇ ਉਹ ਵੱਖਰੀ ਗੱਲ ਹੈ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇਆਨ ਚਾਹੇ ਉਹਨੂੰ ਆਪਾਂ ਪੰਜਾਬੀ ਚ ਗਿਆਨ ਵੀ ਲਿਖ ਸਕਦੇ ਹਾਂ ਪਰ ਗੁਰਬਾਣੀ ਚ ਮਹਾਰਾਜ ਨੇ ਹਰੇਕ ਅੱਖਰ ਨੂੰ ਅਧੂਰਾ ਨਹੀਂ ਛੱਡਿਆ ਜਿਵੇਂ ਆਪਾਂ ਕਹਿੰਦੇ ਯਈਆਂ ਖਾਲੀ ਖਾਲੀ ਖੁੱਲੀ ਕੋਈ ਨਹੀਂ ਹੈਗਾ ਭਾਈ ਮਹਾਰਾਜ ਨੇ ਸਾਰੇ ਅੱਖਰ ਬਣਾਏ ਆ ਜੇ ਮੈਂ ਇੱਥੇ ਲਿਖਿਆ ਸ਼ੰ ਸੰਗ ਇੱਥੇ ਗੱਗੇ ਦੀ ਆਵਾਜ਼ ਕੱਢ ਰਿਹਾ ਤਾਂ ਇਹਦੀ ਅੱਜ ਕੱਲ੍ਹ ਜਿਹੜੀ ਹੈਗੀ ਹੈ ਇਹਦੀ ਨਾ ਮਾਤਰ ਹੋ ਗਈ ਹੈ ਜਿਹੜੀ ਅੱਜ ਕੱਲ੍ਹ ਦੇ ਜਵਾਕ ਹੈਗੇ ਆ ਇਹਦੀ ਵਰਤੋਂ ਨਹੀਂ ਕਰਦੇ ਇਸ ਕਰਕੇ ਇਹ ਹੌਲੀ ਹੌਲੀ ਅਲੋਪ ਹੋ ਰਹੇ ਆ ਇਹਨਾਂ ਨੂੰ ਸਾਂਭਣਾ ਆਪਾਂ ਹੀ ਹੈ ਜਾਂ ਫਿਰ ਜੇ ਮੈਂ ਇਸੇ ਤਰ੍ਹਾਂ ਗੱਲ ਕਰਾਂ ਕੱਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਤੇ ਫੱਫੇ ਪੈਰ ਬਿੰਦੀ ਜਿਹੜੀ ਧੁਨੀ ਹੈਗੀ ਆ ਨਾ ਇਹ ਵਿਗਿਆਨਿਕ ਦੇ ਪੱਖੋਂ ਕੀ ਹੋ ਗਈ ਹੈ ਇਹ ਨਿਖੜਵੇਂ ਸ਼ੁਰੂ ਹੋ ਗਈ ਹੈ ਮਤਲਬ ਕਿ ਨਿਖੜਵੇਂ ਲੱਛਣ ਨਹੀਂ ਰੱਖਦੀਆਂ ਤੇ ਜੋਕੀ ਜਿਹੜੀ ਪੀੜ੍ਹੀ ਹੈਗੀ ਹੈ ਧੁਨੀਆਂ ਦਾ ਉਚਾਰਨ ਨਹੀਂ ਕਰਦੀ ਠੀਕ ਹੈ ਉਚਾਰਨ ਠੀਕ ਹੈ ਨਾ ਮਾਤਰ ਹੀ ਰਹਿ ਗਿਆ ਇਹਦਾ ਵੀ ਖੱਕੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਫੱਫੇ ਪੈਰ ਬਿੰਦੀ ਤਾਂ ਹੀ ਮੈਂ ਬ੍ਰੈਡ ਚ ਪਾਏ ਹੋਏ ਸੀਗੇ ਜਿੰਨੇ ਵੀ ਪਾਏ ਆ ਤਾਂ ਇਸ ਤੋਂ ਬਾਅਦ ਮੈਂ ਇੱਕ ਜਿਹੜਾ ਮੈਂ ਛੱਡਿਆ ਮਹਾਂਪ੍ਰਾਣ ਨਾਗੀ ਦੇ ਵਿੱਚ ਮੈਂ ਮਹਾਂਪ੍ਰਾਣ ਛੱਡਿਆ ਤੁਹਾਨੂੰ ਮੈਂ ਇੱਕ ਮਿੰਟ ਮੈਂ ਸ਼ਾਇਦ ਉਹ ਚਾਰਟ ਦਿਖਾ ਦੇਵਾਂ ਇਹ ਚਾਰਟ ਆ ਜੇ ਮੇਰੇ ਕੋਲ ਤਾਂ ਇੱਕ ਮਿੰਟ ਡਾਇਰੈਕਟ ਚੱਲਦੇ ਹਾਂ ਉਸ ਚਾਰਟ ਤੇ ਇੱਕ ਮਿੰਟ ਰੁਕ ਜਿਓ ਉਹ ਚਾਰਟ ਤੇ ਆਪਾਂ ਡਾਇਰੈਕਟ ਚੱਲਦੇ ਹਾਂ ਜਿਹੜਾ ਮੈਂ ਚਾਰਟ ਇੱਕ ਮਿੰਟ ਤੁਹਾਨੂੰ ਮੈਂ ਹੁਣੇ ਦਿਖਾ ਕੇ ਗਿਆ ਸੀ ਆਹ ਵਾਲਾ ਦੇਖੋ ਇਹ ਦੇਖੋ ਇਹਦੇ ਵਿੱਚ ਦੇਖੋ ਮੈਂ ਨਾਦੀ ਦੇ ਵਿੱਚ ਅਲਪ ਪ੍ਰਾਣ ਵੀ ਕਰਾਇਆ ਮਹਾਂਪ੍ਰਾਣ ਵੀ ਕਰਾਇਆ ਪਰ ਇਹਦੇ ਵਿੱਚ ਮੈਂ ਇਕੱਲਾ ਅਲਪ ਪ੍ਰਾਣ ਕਰਵਾਇਆ ਨਾਦੀ ਚ ਮਹਾਂਪ੍ਰਾਣ ਕਾਹਤੋਂ ਨਹੀਂ ਕਰਵਾਇਆ ਉਹਦਾ ਮੈਂ ਆਂਸਰ ਦੇਣ ਜਾ ਰਿਹਾ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਗੱਲ ਹੋਊਗੀ ਉਹਦਾ ਆਂਸਰ ਕੀ ਹੈ ਉਹਦਾ ਆਂਸਰ ਇਹ ਹੈ ਵੀ ਜਿਹੜਾ ਅੱਜ ਕੱਲ੍ਹ ਜਿਹੜਾ ਵਿਸ਼ਲੇਸ਼ਣ ਆਪਾਂ ਕਰ ਰਹੇ ਹਾਂ ਅਜੋਕਾ ਜਿਹੜਾ ਹੈਗਾ ਵਿਗਿਆਨਿਕ ਢੰਗ ਹੈਗਾ ਉਹਦੇ ਵਿੱਚ ਜਿਹੜੇ ਆਪਾਂ ਘੱਗਾ ਹੋ ਗਿਆ ਝੱਜਾ ਹੋ ਗਿਆ ਦੱਦਾ ਧੱਦਾ ਤੇ ਭੱਬਾ ਇਹ ਜਿਹੜੇ ਨਾਦੀ ਮਹਾਂਪ੍ਰਾਣ ਹੈ ਠੀਕ ਹੈ ਇਹ ਨੋਟ ਕਰ ਲਿਓ ਇਹ ਨਾਦੀ ਮਹਾਂਪ੍ਰਾਣ ਨੇ ਪਰ ਇਹਨੂੰ ਆਪਾਂ ਅੱਜ ਕੱਲ੍ਹ ਨਾਦੀ ਮਹਾਂਪ੍ਰਾਣ ਧੁਨੀਆਂ ਦਾ ਜ਼ਿਕਰ ਇੱਥੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹ ਹੁਣ ਕੀ ਬਣ ਚੁੱਕੀਆਂ ਨੇ ਇਹ ਬਣ ਚੁੱਕੀਆਂ ਨੇ ਸੁਰ ਧੁਨੀਆਂ ਠੀਕ ਹੈ ਇੱਕ ਕੁਐਸਚਨ ਆਇਆ ਸੀ ਪੰਜਾਬੀ 'ਚ ਪਿੱਛੇ ਜੇ ਪੇਪਰ ਇਹਦੇ ਵਿੱਚ ਪੰਜਾਬੀ 'ਚ ਸੁਰ ਧੁਨੀਆਂ ਕਿੰਨੀਆਂ ਤੇ 5 ਨੇ ਠੀਕ ਹੈ ਜੀ ਵੈਸੇ ਇਹ ਨਾਦੀ ਮਹਾਂਪ੍ਰਾਣ ਸੀਗੇ ਪਰ ਇਹਨਾਂ ਨੂੰ ਅੱਜ ਕੱਲ੍ਹ ਅਜੋਕੇ ਵਿਗਿਆਨਿਕ ਜਿਹੜੇ ਹੈਗੇ ਆ ਭਾਸ਼ਾ ਵਿਗਿਆਨੀ ਹੈਗੇ ਆ ਇਹਨਾਂ ਨੂੰ ਸੁਰ ਧੁਨੀਆਂ ਦੇ ਵਿੱਚ ਵੰਡਦੇ ਆ ਤਾਂ ਸੁਰ ਧੁਨੀਆਂ ਕਿੰਨੀਆਂ ਨੇ ਆਪਣੇ ਕੋਲੇ 5 ਨੇ ਯਾਦ ਰੱਖ ਲਿਓ ਕਲੀਅਰ ਹੋ ਗਈ ਇਹ ਗੱਲ ਹੁਣ ਤੁਹਾਡੇ ਦਿਮਾਗ 'ਚ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਫਿਰ ਵੀ ਜੇ ਡਾਊਟ ਆਊਗਾ ਤਾਂ ਕਮੈਂਟ ਬਾਕਸ 'ਚ ਲਿਖ ਦਿਓ ਠੀਕ ਹੈ ਜੀ ਤਾਂ ਸੁਰ ਧੁਨੀਆਂ ਕਿੰਨੀਆਂ ਨੇ ਆਪਣੇ ਕੋਲੇ 5 ਨੇ ਜਿਹੜੀ ਪੰਜਾਬੀ ਹੈਗੀ ਹੈ ਇੱਕ ਸੁਰਾਤਮਕ ਭਾਸ਼ਾ ਹੈ ਠੀਕ ਹੈ ਜੀ ਬੇਸਿਕਲੀ ਜੇ ਮੈਂ ਇਹਦੀ ਹੁਣ ਡਿਟੇਲ 'ਚ ਚਲਾ ਗਿਆ ਨਾ ਬਹੁਤ ਟਾਈਮ ਲੱਗ ਜੂਗਾ ਜਿਹੜੀਆਂ ਜਿੰਨੀਆਂ ਜ਼ਿਆਦਾਤਰ ਜਿਹੜੀਆਂ ਭਾਸ਼ਾ ਹੈਗੀਆਂ ਨਾ ਚਾਈਨੀਜ਼ ਤੋਂ ਉਤਪੰਨ ਹੋਈਆਂ ਨੇ ਚਾਈਨੀਜ਼ ਲਿਪੀ ਤੋਂ ਉਹਦਾ ਹੁਣ ਦੇਖੋ ਇੱਕ ਪਿੱਛੇ ਤੇ ਨਾ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਚਾਈਨਾ ਦੇ ਵਿੱਚ ਜੇ ਕੋਈ ਬਾਹਰਲੀ ਕੰਟਰੀ ਦਾ ਬੰਦਾ ਜਾਂਦਾ ਉਹਨੂੰ ਚਾਈਨੀਜ਼ ਸਿੱਖਣ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਪਰ ਪੰਜਾਬੀ ਜੇ ਕੋਈ ਬੰਦਾ ਜਾਂਦਾ ਉਹ ਚਾਈਨੀਜ਼ 2-3 ਮਹੀਨੇ ਸਿੱਖ ਲੈਂਦਾ ਕਿਉਂਕਿ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਅੰਗਾਂ ਤੇ ਯਈਆਂ ਬਹੁਤ ਵਰਤੇ ਜਾਂਦੇ ਆ ਤੇ ਜਿਹੜੇ ਚਾਈਨੀਜ਼ ਭਾਸ਼ਾ ਦੇ ਅੱਖਰ ਹੁੰਦੇ ਜ਼ਿਆਦਾਤਰ ਨੱਕ ਤੋਂ ਚਾਰੇ ਜਾਂਦੇ ਆ ਤਾਂ ਇਸ ਕਰਕੇ ਜਿਹੜਾ ਪੰਜਾਬੀ ਬੰਦਾ ਹੁੰਦਾ ਚਾਈਨੀਜ਼ ਭਾਸ਼ਾ ਜਲਦੀ ਸਿੱਖ ਲੈਂਦਾ ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਸੁਰ ਧੁਨੀਆਂ ਤਾਂ ਪੰਜਾਬੀ ਵਿੱਚ 5 ਨੇ ਕਿਹੜੀਆਂ ਕਿਹੜੀਆਂ ਘੱਗਾ ਝੱਜਾ ਢੱਡਾ ਧੱਦਾ ਤੇ ਭੱਬਾ ਠੀਕ ਹੈ ਜੀ ਇਹ ਯਾਦ ਰੱਖ ਲਿਓ ਇਹ ਸਾਰੀਆਂ ਕੀ ਨੇ ਕਿਉਂ ਇਹਨਾਂ ਨੂੰ ਸੁਰ ਧੁਨੀਆਂ ਕਹਿੰਦੇ ਆ ਰਾਜੇ ਦੇਖੋ ਇਹਨਾਂ ਨੂੰ ਸੁਰ ਧੁਨੀਆਂ ਤਾਂ ਕਹਿੰਦੇ ਆ ਕਹਿੰਦਾ ਇਹ ਆਪਣੀਆਂ ਮੂਲ ਧੁਨੀਆਂ ਪੰਜਾਬੀ ਵਿੱਚ ਪ੍ਰਯੋਗ ਨਹੀਂ ਹੁੰਦੀਆਂ ਕਿਉਂ ਨਹੀਂ ਹੁੰਦੀਆਂ ਦੇਖੋ ਤੁਹਾਨੂੰ ਐਗਜ਼ਾਮਪਲ ਦਿੰਦਾ ਹੁਣ ਦੇਖੋ ਇਹਦੇ ਵਿੱਚ ਜਿੰਨੇ ਵੀ ਅੱਖਰ ਮੈਂ ਬੋਲੇ ਆ ਜਿਹੜੇ 5 ਦੇ 5 ਚਾਹੇ ਘੱਗਾ ਬੋਲਿਆ ਝੱਜਾ ਬੋਲਿਆ ਇਹ ਆਪਣੇ ਨਾ ਅਲੱਗ ਅਲੱਗ
ਢੰਗ ਦੇ ਨਾਲ ਦੋ ਦੋ ਧੁਨੀਆਂ ਉਚਾਰਦੇ ਆ, ਦੋ ਦੋ ਧੁਨੀਆਂ ਦਾ ਕੀ ਕਰਦੇ ਆ ਇਹ ਆਵਾਜ਼ ਪੈਦਾ ਕਰਦੇ, ਸੁਰ ਪੈਦਾ ਕਰਦੇ। ਜਿਵੇਂ ਹੁਣ ਦੇਖੋ ਮਿਸਾਲ ਦੇ ਤੌਰ ਤੇ ਮੈਂ ਦੇਖੋ ਘੱਗਾ ਲਿਖਤਾ, ਕਹਿੰਦਾ ਘੱਗਾ ਜਦੋਂ ਸ਼ਬਦ ਦੇ ਸ਼ੁਰੂ ਵਿੱਚ ਵਰਤਿਆ ਜਾਂਦਾ। ਹੁਣ ਜਿਵੇਂ ਮੈਂ ਕਹਿ ਦੇਵਾਂ ਘਰ, ਤਾਂ ਸ਼ੁਰੂ ਦੇ ਵਿੱਚ ਆ ਗਿਆ ਘੱਗਾ, ਤਾਂ ਇਹ ਕੱਕੇ ਦਾ, ਕੱਕੇ ਦੀ ਪ੍ਰਤੀਨਿਧਤਾ ਕਰਦਾ। ਘਰ ਤਾਂ ਕੱਕੇ ਵਾਲੀ ਆਵਾਜ਼ ਪੈਦਾ ਕਰਦਾ ਘਰ। ਜੇ ਸ਼ਬਦ ਦੇ ਪਿੱਛੇ ਯੂਜ਼ ਕਰਾਂਗੇ ਆਪਾਂ, ਠੀਕ ਹੈ, ਜਿਵੇਂ ਆਪਾਂ ਕਹਿ ਦਈਏ ਨਿੱਘ, ਬੜਾ ਨਿੱਘ ਪਿਆ ਯਾਰ, ਹਨਾ ਘਰ ਦੇ ਵਿੱਚ ਰਜਾਈ 'ਚ ਬੜਾ ਨਿੱਘ ਆ ਗਿਆ, ਤਾਂ ਇਹ ਗੱਗੇ ਦੀ ਆਵਾਜ਼ ਪੈਦਾ ਕਰਦਾ ਨਿੱਘ, ਤਾਂ ਗੱਗੇ ਦੀ ਆਵਾਜ਼ ਪੈਦਾ ਕਰਦਾ। ਤਾਂ ਇਹ ਸੁਰ ਦੇ ਆਧਾਰ ਤੇ ਕੀ ਕਰਦਾ, ਇੱਕ ਧੁਨੀ ਜਿਹੜੀ ਹੈ, ਇੱਕ ਅੱਖਰ ਜਿਹੜਾ ਹੈਗਾ ਦੋ ਦੋ ਧੁਨੀਆਂ ਪ੍ਰਗਟ ਕਰ ਰਿਹਾ ਹੈ, ਤਾਂ ਕਰਕੇ ਇਹਨਾਂ ਨੂੰ ਕੀ ਕਹਿ ਦਿੰਦੇ ਆਪਾਂ, ਸੁਰ ਧੁਨੀਆਂ ਕਹਿ ਦਿੰਦੇ ਆ। ਬਾਕੀ ਇੰਨੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਬਹੁਤ ਸੌਖਾ ਹੈ ਵੀ ਜਿਹੜੀਆਂ ਇਹ ਸੁਰ ਧੁਨੀਆਂ ਹੈਗੀਆਂ ਨੇ ਆਪਣੇ ਕੋਲੇ ਪੰਜ ਨੇ। ਅਜੋਕੇ ਵਿਗਿਆਨੀ ਜਿਹੜੇ ਹੈਗੇ ਆ ਰਾਜੇ, ਜਿਹੜਾ ਨਾਦੀ ਮਹਾਂਪ੍ਰਾਣ ਹੈਗਾ ਉਹਨੂੰ ਕੀ ਕਰਦੇ ਆ, ਉਹਨੂੰ ਸੁਰ ਧੁਨੀਆਂ 'ਚ ਲੈ ਗਏ ਆ। ਬਸ ਇੰਨਾ ਵੀ ਯਾਦ ਰੱਖ ਲਿਓ, ਜੇ ਉਹ ਪੁੱਛ ਲੂਗਾ ਨਾਦੀ ਮਹਾਂਪ੍ਰਾਣ ਜਾਂ ਸੁਰ ਪੁੱਛ ਲੂਗਾ ਤਾਂ ਗੱਲ ਇੱਕੋ ਹੀ ਹੈ, ਕਿਉਂਕਿ ਅੱਖਰ ਤਾਂ ਪੰਜ ਦੇ ਪੰਜ ਉਹੀ ਰਹਿਣੇ ਆ। ਕਲੀਅਰ ਹੋ ਗਿਆ? ਆਈ ਹੋਪ ਤੁਹਾਨੂੰ ਚਾਰਟ ਵੀ ਕਲੀਅਰ ਹੋ ਗਿਆ ਹੋਊਗਾ। ਵਿਸ਼ਲੇਸ਼ਣ ਕੀ ਹੈਗਾ? ਵਿਸ਼ਲੇਸ਼ਣ ਇਹ ਹੈਗਾ ਭਾਈ, ਅਗਲੀ ਵੀਡੀਓ ਦੇ ਵਿੱਚ ਮੈਂ ਕੀ ਕਰੂੰਗਾ, ਤੁਹਾਨੂੰ ਖੰਡੀ ਤੇ ਅਖੰਡੀ ਸਵਰ ਦਾ ਵਰਗੀਕਰਨ ਕਰਾਊਂਗਾ, ਕਿਉਂਕਿ ਇੱਕ ਕੁਐਸਚਨ ਸੈਂਟੀਫਿਕ ਅਸਿਸਟੈਂਟ ਦੇ ਵਿੱਚ ਪੁੱਛਿਆ ਗਿਆ ਸੀਗਾ ਗੋਲਦਾਰ, ਤਾਂ ਗੋਲਦਾਰ ਅੱਖਰ ਕਿਹੜੇ ਹੁੰਦੇ ਆ, ਗੋਲਦਾਰ ਧੁਨੀਆਂ ਕਿਹੜੀਆਂ ਹੁੰਦੀਆਂ, ਉਹ ਸਵਰ ਦਾ ਵਰਗੀਕਰਨ ਦੇ ਵਿੱਚ ਸਮਝ ਆਊਗਾ। ਅੱਜ ਆਪਾਂ ਵਿਅੰਜਨਾਂ ਦਾ ਵਰਗੀਕਰਨ ਪੜਿਆ, ਉਚਾਰਨ ਸਥਾਨ ਦੇ ਢੰਗ ਤੇ ਵੀ ਪੜ ਲਿਆ, ਉਚਾਰਨ ਢੰਗ ਤੇ ਉਚਾਰਨ ਸਥਾਨ ਦੇ ਦੋਨਾਂ ਆਧਾਰ ਤੇ ਪੜਿਆ, ਠੀਕ ਹੈ ਜੀ। ਅਲਪ ਪ੍ਰਾਣ, ਮਹਾਂਪ੍ਰਾਣ, ਨਾਦੀ, ਅਨਾਦੀ, ਸੰਗੋਸ਼, ਅਘੋਸ਼, ਸਭ ਕੁਛ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਉੱਪਰ ਕੋਈ, ਮੈਂ ਪੂਰਾ ਜ਼ੋਰ ਲਾ ਲਿਆ, ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਨਹੀਂ ਤੁਹਾਨੂੰ ਕਰਵਾ ਸਕਦਾ, ਮੈਂ ਕੋਈ ਹੰਕਾਰ ਨਹੀਂ ਕਰ ਰਿਹਾ, ਪਰ ਮੈਂ ਆਪਣੀ ਮਿਹਨਤ ਦੇ ਬੇਸ ਤੇ ਕਹਿ ਰਿਹਾ ਵੀ ਇਸ ਤੋਂ ਸੌਖਾ ਨਹੀਂ ਕੋਈ ਕਰਵਾ ਸਕਦਾ। ਮੈਂ ਪੂਰਾ ਜ਼ੋਰ ਲਾਤਾ ਅਤੇ ਪੂਰਾ ਦਿਨ ਇਸੇ ਤੇ ਲਾਇਆ, ਕਿਉਂਕਿ ਬਹੁਤ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ। ਤਾਂ ਕਿਰਪਾ ਕਰਕੇ ਦੇਖੋ, ਵੈਸੇ ਤਾਂ ਫ੍ਰੀ ਆਫ ਕੋਸਟ ਆਪਾਂ ਸਾਰਾ ਕਰਵਾ ਰੱਖਿਆ, ਪਰ ਫਿਰ ਵੀ ਜੇ ਤੁਸੀਂ ਪੇਡ ਲੈ ਸਕਦੇ ਹੋ, ਕਿਉਂਕਿ ਪੇਡ ਦੇ ਵਿੱਚ ਕੀ ਹੈ, ਨਾਲ ਨਾਲ ਟੈਸਟ ਚੱਲਦੇ ਆ, ਨਾਲ ਨਾਲ ਕੀ ਹੈ ਜੀ, ਨਵੀਂ ਨਵੀਂ ਚੀਜ਼ਾਂ ਅਪਡੇਟ ਹੁੰਦੀਆਂ ਰਹਿੰਦੀਆਂ, ਤੁਸੀਂ ਆਪਣਾ ਟੈਸਟ ਦਾ ਤਿਆਰੀ ਦਾ ਲੈਵਲ ਵੀ ਚੈੱਕ ਕਰ ਸਕਦੇ ਹੋ। ਮੰਨ ਲਓ ਕੋਈ ਪੇਪਰ ਹੋ ਗਿਆ, ਵੈਸੇ ਤਾਂ ਦੇਖੋ ਆਪਦੇ ਵੱਲੋਂ 100% ਲੈਵਲ ਦਾ ਮੈਂ ਕਰਵਾਇਆ ਹੋਇਆ, ਪਰ ਪੇਪਰ ਦੇ ਵਿੱਚ ਇੱਕ ਅੱਧਾ ਪ੍ਰਸ਼ਨ ਅਜਿਹਾ ਇੱਕ ਨੂੰ ਮਿਲ ਜਾਂਦਾ ਜਿਹੜਾ ਕਿ ਆਪਾਂ ਨਹੀਂ ਕੀਤਾ ਹੁੰਦਾ, ਕਿਉਂਕਿ ਕਿਸੇ ਭਾਸ਼ਾ ਦਾ ਜਿਹੜਾ ਵਿਆਕਰਨ ਹੁੰਦਾ ਉਹ ਬਹੁਤ ਵੱਡਾ ਹੁੰਦਾ, ਉਹਨੂੰ ਆਪਾਂ ਕੰਪਲੀਟ ਨਹੀਂ ਕਰ ਸਕਦੇ। ਹੁਣ ਲੋਕ MA ਕਰਦੇ ਪੰਜਾਬੀ, ਦੋ ਦੋ ਸਾਲ ਲਾ ਦਿੰਦੇ ਆ, ਤੇ ਇਹ ਨਹੀਂ ਆਪਾਂ ਕਹਿ ਸਕਦੇ ਆਪਾਂ 2 ਮਹੀਨਿਆਂ 'ਚ ਪੰਜਾਬੀ ਪੜ੍ਹ ਲਾਂਗੇ, ਕਿਤਾਬਾਂ ਉਸ ਲੈਵਲ ਦੀਆਂ ਨਹੀਂ ਰਹੀਆਂ ਗੀਆਂ, ਠੀਕ ਹੈ ਜੀ। ਕਿਰਪਾ ਕਰਕੇ ਤੁਸੀਂ ਪੋਜ਼ਿਟਿਵ ਬਾਈ ਪੰਜਾਬ ਨਾਂ ਦੀ ਐਪ ਡਾਊਨਲੋਡ ਕਰ ਲਿਓ, ਐਂਡਰੋਇਡ ਯੂਜ਼ਰ, ਐਪਲ ਵਾਲੇ ਕਲਾਸ ਪਾਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਆ ਕੋਡ ਭਰ ਲਿਓ QTPTE, ਸੇਮ ਐਪ ਚੱਲ ਜੂਗੀ। ਪੰਜਾਬੀ ਗ੍ਰਾਮਰ ਦਾ ਕੋਈ ਮਹਿੰਗਾ ਕੋਰਸ ਵੀ ਰੱਖਿਆ ਹੋਇਆ ਆਪਾਂ, ਠੀਕ ਹੈ ਜੀ। ਇਹਦੇ ਨਾਲ ਸਾਡੀ ਵੀ ਫਾਈਨੈਂਸ਼ੀਅਲ ਹੈਲਪ ਹੋ ਜਾਂਦੀ ਹੈ, ਨਾਲ ਟੀਮ ਵੀ ਕੰਮ ਕਰਦੀ ਹੈ। 500 ਰੁਪਏ ਕੋਈ ਜ਼ਿਆਦਾ ਨਹੀਂ ਹੁੰਦਾ ਰਾਜੇ, ਪਰ ਤੁਹਾਨੂੰ ਡੈਫੀਨੇਟਲੀ ਇਹ ਕਹਿਣਾ ਵੀ 500 ਦਾ ਤੁਹਾਨੂੰ ਹੱਕ ਮੁੜੂਗਾ ਪੇਪਰ ਵਿੱਚ, ਜੇ ਨਾ ਮੁੜੂਗਾ ਮੇਰੇ ਤੋਂ 1000 ਰੁਪਇਆ ਲੈ ਜਾਓ, ਨੋਟ ਕਰਕੇ ਮੈਂ ਲਿਖ ਕੇ ਦਊਂਗਾ, ਮੈਂ 1000 ਰੁਪਇਆ ਦਊਂਗਾ ਜੇ ਪੇਪਰ 'ਚੋਂ ਇਹਦੇ ਵਿੱਚੋਂ 80 ਤੋਂ 90% ਕੰਟੈਂਟ ਨਾ ਆਇਆ। ਪਹਿਲੀ ਗੱਲ ਤਾਂ 100% ਹੀ ਆਊਗਾ, ਪਰ ਅਸੀਂ ਫਿਰ ਵੀ ਕਹਿੰਦੇ ਹਾਂ ਵੀ 80 ਤੋਂ 90% ਆਊਗਾ, ਠੀਕ ਹੈ ਜੀ। ਪੂਰੀ ਜੀ ਜੋੜ ਮਿਹਨਤ ਲੱਗਦੀ ਹੈ, ਦੇਖੋ ਟੀਚਰ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਜੇ ਅੱਜ ਦੇ ਟਾਈਮ ਦੇ ਵਿੱਚ ਬੱਚੇ ਦਾ ਐਗਜ਼ਾਮ ਕਰੈਕ ਕਰਾਉਣਾ, ਠੀਕ ਹੈ, ਤਾਂ ਪੂਰਾ ਨਿਚੋੜ ਕੱਢਿਆ ਹੋਇਆ। ਇਸ ਤੋਂ ਇਲਾਵਾ ਕੰਬੋ ਪੈਕ ਵੀ ਚੱਲ ਰਹੇ ਆਪਣੇ ਚੈਨਲ ਤੇ, ਤੁਹਾਨੂੰ ਕੰਪਿਊਟਰ ਪੰਜਾਬ ਜੀ ਕੇ ਪੰਜਾਬੀ ਗ੍ਰਾਮਰ ਤਿੰਨਾਂ ਦਾ ਨਿਚੋੜ ਮਿਲ ਜੂਗਾ, ਥਿਊਰੀ, MCQ, PDF, ਟੈਸਟ ਵਗੈਰਾ ਸਭ ਕੁਝ ਮਿਲੂਗਾ, ਪਰ ਮਿਲੂਗਾ ਐਪ ਦੇ ਵਿੱਚ ਹੀ ਆਨਲਾਈਨ, ਇੰਨੇ ਕੋਈ ਰੇਟ ਨਹੀਂ ਹੈਗਾ, ਇਹ ਸਭ ਕੁਝ ਲੈਸ ਕਰਕੇ ਮਿਲਦਾ ਹੈ ਤੁਹਾਨੂੰ, 1100 ਰੁਪਏ ਦਾ ਮਿਲਦਾ, ਆ ਵੀ ਲੈਸ ਕਰਕੇ ਤੁਹਾਨੂੰ 1500 ਰੁਪਏ ਦਾ ਮਿਲਦਾ, ਬਾਕੀ ਦਿਨ ਤਿਉਹਾਰ ਤੇ ਆਪਾਂ ਹੋਰ ਇਸ ਤੋਂ ਲੈਸ ਕਰਵਾ ਦਿੰਦੇ ਹੁੰਦੇ ਆ, ਠੀਕ ਹੈ ਜੀ। ਤਾਂ ਤੁਸੀਂ ਕੋਈ ਵੀ ਕੋਰਸ ਜੁਆਇਨ ਕਰ ਸਕਦੇ ਹੋ, ਡੈਫੀਨੇਟਲੀ ਤੁਹਾਨੂੰ ਫਾਇਦਾ ਹੋਊਗਾ। ਫਿਰ ਵੀ ਕੋਈ ਤੁਸੀਂ ਫ੍ਰੀ ਆਫ ਕੋਸਟ ਵੀ ਕੋਈ ਜਾਣਕਾਰੀ ਲੈਣੀ ਹੈ, ਕੋਈ ਕੁਐਸਚਨ ਸਮਝ ਨਹੀਂ ਆਉਂਦਾ, ਜਦੋਂ ਮਰਜ਼ੀ ਮੈਨੂੰ ਇਸ ਨੰਬਰ ਤੇ WhatsApp ਕਰ ਸਕਦੇ ਹੋ, ਕੋਈ ਤੁਹਾਨੂੰ ਹੋਰ ਚੀਜ਼ ਨਹੀਂ ਸਮਝ ਆਉਂਦੀ ਤੁਸੀਂ ਕਾਲ ਵੀ ਕਰ ਸਕਦੇ ਹੋ 10 ਤੋਂ 5, ਠੀਕ ਹੈ ਜੀ। ਜੁੜੇ ਰਹੋ ਰਾਜੇ, ਮਿਹਨਤਾਂ ਕਰਦੇ ਰਹੋ, ਪਰਮਾਤਮਾ ਤੁਹਾਡੇ ਸਾਰਿਆਂ ਦੀ ਮਿਹਨਤ ਪੱਲੇ ਪਾਵੇ,
ਵਾਹਿਗੁਰੂ ਅੱਗੇ ਅਰਦਾਸ ਕਰਦੇ ਆ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਹਾੜਾ ਸੀਗਾ, ਸਾਰੇ ਬੱਚਿਆਂ ਨੂੰ ਲੱਖ ਲੱਖ ਮੁਬਾਰਕਾਂ। ਠੀਕ ਹੈ ਜੀ, ਪ੍ਰਮਾਤਮਾ ਸਭ ਦੀ ਕੀਤੀ ਹੋਈ ਮਿਹਨਤ ਪੱਲੇ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।